ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਦੀ ਕਾਖਾ ਵਾਹ ਗੁਰੂ ਦੀ ਫਤਿਹ ਗੁਰਮੁਖੀ Zoom class ਜੁੜ ਵਰਤੇ ਵੀ ਪੈਂ ਸਾਰਿਆਂ ਨੂੰ ਮੈਂ ਜਿਹਾ ਆਤਾ ਹਾਂ ਅੱਜ ਜੋ ਆਪ ਵੀ ਦਾ ਵਿਸ਼ਾ ਸ਼ੇਅਰ ਕਰਨਾ ਹੈ ਪਹਿਲਾਂ ਸਭ ਤੋਂ ਗੁਰਮੁਖੀ ਅੱਖਰ ਤੇ ਵਾਵਲਸ ਜਿਹੜੇ ਹੈ ਉਹ ਰਿਵਾਈਜ਼ ਕਰਾਂਗੇ ਉਸ ਬਾਅਦ ਐਗਜ਼ਾਮ ਦਾ ਜਿਹੜਾ ਹੈ ਉਹ ਆਪਦੀ ਨੂੰ ਦੱਸਿਆ ਜਾਵੇਗਾ ਕੁਐਸਚਨ ਆਨਸਰ ਦੇ ਸੈਸ਼ਨ ਵਿੱਚ ਸਮੇਂ ਅਨੁਸਾਰ ਕੁਐਸਚਨ ਦਾ ਜਵਾਬ ਦਿੱਤਾ ਜਾਵੇਗਾ ਜਿਨੇ ਪਿਛਲੇ ਵਾਰੀ ਆਪ ਜੀ ਨੂੰ ਬੰਦੇ ਕਿਤੇ ਸੀ ਆਪ ਜੀ ਦੇ ਮਨ ਵਿੱਚ ਕੋਈ ਸਵਾਲ ਗੁਰਬਾਣੀ ਬਾਰੇ ਖਾਸ ਕਰ ਹੋਵੇ ਤਾਂ ਮੇਰੇ ਪਰਸਨਲ WhatsApp ਲਿੰਕ ਤੇ ਆਪ ਆਪਣਾ ਸਵਾਲ ਭੇਜ ਸਕਦੇ ਹੋ ਤਾਂ ਇੱਕ ਪੰਜੀ ਨੇ ਸਵਾਲ ਪੇਜਿਆ ਸੀ ਅਸੀਂ ਉਹ ਵੀ ਡਿਸਕਸ ਕਰਾਂਗੇ ਤੇ ਉਸ ਦੇ ਨਾਲ ਜਿੰਨਾ ਸਮਾਂ ਹੋਏਗਾ ਉਸ ਉੱਪਰ ਗੁਰਬਾਣੀ ਥਾਟ ਉਦੇ ਉੱਪਰ ਗੁਰਬਾਨੀ ਦੇ ਰਾਹੀਂ ਕੇਵਲ ਤੇ ਕੇਵਲ ਅਸੀਂ ਉਸ ਥਾਟ ਫਲਸਫੇ ਨੂੰ ਸਮਝੰਦਾ ਦਤਨ ਕਰਾਂਗੇ ਜਿਹਦੇ ਪਿਛਲੇ ਸੈਸ਼ਨ ਦੇ ਅੰਦਰ ਅੰਮ੍ਰਿਤ ਦਿਕਾਲ ਚੱਲ ਰਹੀ ਸੀ ਪੋਸਟਿਸ਼ਰ ਬਾਰੇ ਆਪ ਦੀ ਨਾਲ ਕੁਝ ਐਗਜ਼ਾਮਪਲ ਜੜੀਆਂ ਨੇ ਜ਼ਿਆਦਾ ਨਹੀਂ ਅਸੀਂ ਉਸ ਨੂੰ ਲੈ ਕੇ ਸਮਝੰਦਾ ਦਤਨ ਕਰਾਂਗੇ ਅਾਇਕਲਾ ਵਿਸ਼ਾ ਜੋ ਆਪ ਜੀ ਦੇ ਸਾਹਮਣੇ ਹੈ ਪਹਿਲਾ ਅਸੀਂ ਗੁਰਬਾਣੀ ਦੇ ਅੱਖਰ ਰਿਵਾਈਜ਼ ਕਰਾਂਗੇ ਸਾਰਿਆਂ ਨੂੰ ਬੇਨਤੀ ਹੈ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਹੈ ਉਹਨਾਂ ਨੂੰ ਵੀ ਬੇਨਤੀ ਹੈ ਬਈ ਸਾਹਮਣੇ ਸਕਰੀਨ ਦੇ ਉੱਪਰ ਲਿਖੇ ਅੱਖਰ ਦੇਖਣੇ ਹਨ ਅੱਖਾਂ ਨਾਲ ਦੇਖਨੇ ਹਨ ਕੰਨਾਂ ਨਾਲ ਸੁਣਨੇ ਹਨ ਇਸ ਜ਼ੁਬਾਨ ਦੇ ਨਾਲ ਮੇਰੇ ਪਿੱਛੇ ਬੋਲਨੇ ਹਨ ਪਹਿਲਾਂ ਮੈਂ ਬੋਲਾਂਗਾ ਗੈਪ ਦੇ ਕੇ ਦੂਸਰਾ ਅੱਖਰ ਬੋਲਾਂਗਾ ਉਸ ਗੈਪ ਦੇ ਵਿੱਚ ਆਪ ਜੀ ਨੇ ਉਚਾਰਨ ਕਰਨਾ ਹੈ ਤਾਂ ਕਿ ਆਪ ਜੀ ਨੂੰ ਇਹਨਾਂ ਦੇ ਵਾਵਲ ਜਿਹੜੀਆਂ ਹਨ ਮਾਤਰਾਵਾਂ ਹਨ ਉਹਨਾਂ ਦਾ ਸ਼ੁੱਧ ਉਚਾਰਨ ਬਾਰੇ ਆਪ ਜੀ ਨੂੰ ਪਤਾ ਲੱਗ ਸਕੇ ਮੈਂ ਇਹ ਕੋਸ਼ਿਸ਼ ਕੀਤੀ ਹੈ ਬਈ ਬਹੁਤ ਸਾਰੇ ਅੱਖਰ ਗੁਰਬਾਣੀ ਵਿੱਚੋਂ ਲਏ ਹਨ ਬਾਕੀ ਤੁਹਾਨੂੰ ਪਾਠ ਕਰਦੇ ਆ ਉਹਨਾਂ ਨੂੰ ਪੜ੍ਹਨਾ ਸਮਝਣਾ ਸਾਖਾ ਹੋ ਜਾਏਗਾ ਤੇ ਮੈਂ ਆਰੰਭ ਕਰਦਾ ਹਾਂ ਸਾਰਿਆਂ ਨੂੰ ਬੇਨਤੀ ਹੈ ਮੇਰੇ ਪਿੱਛੋਂ ਆਪਦੀ ਨੇ ਬੋਲਣਾ ਹੈ ਪਉ ਆਹ ਪਉ ਪਉ ਇਹ ਦੋਨਾਂ ਅੱਖਰਾਂ ਦਾ ਪੱਬੇ ਨੂੰ ਪਹਿਲਾ ਮੁਕਤਾ ਹੈ ਦੂਜਾ ਅੱਖਰ ਕੰਨੇ ਨਾਲ ਹੈ ਪਾਓ ਤੇ ਪਾਓ ਥੋੜਾ ਜਿਆ ਲਮਕਾ ਕੇ ਪਾਓ ਪਾਓ ਇਸ ਤਰ੍ਹਾਂ ਕਰਕੇ ਉਚਾਰਨ ਕਰਨਾ ਹੈ ਗੁਰਬਾਣੀ ਵਿੱਚ ਇਸ ਤਰ੍ਹਾਂ ਦੇ ਅੱਖਰ ਬਹੁਤ ਸਾਰੇ ਆਣਗੇ ਜਿਨਾਂ ਦੇ ਅਰਥ ਵੱਖੋ ਵੱਖਰੇ ਹੁੰਦੇ ਨੇ ਉਚਾਰਨ ਵੀ ਵੱਖੋ ਵੱਖਰੇ ਹੁੰਦੇ ਨੇ ਪਰ ਉਚਾਰਨ ਬਹੁਤ ਸਿਮਿਲਰ ਨੇੜੇ ਨੇੜੇ ਹੁੰਦਾ ਹੈ ਜਿਸ ਕਰਕੇ ਖਾਸ ਕਰ ਜਿਹੜੇ ਛੇਤੀ ਛੇਤੀ ਜਲਦੀ ਜਲਦੀ ਪਾਠ ਕਰਦੇ ਹਾਂ ਉਹਨਾਂ ਦਾ ਉਚਾਰਨ ਗਲਤ ਹੋ ਜਾਂਦਾ ਹੈ ਪਉ ਅਤੇ ਪਉ ਇਸ ਅੱਖਰ ਬੋਲਾਂਗੇ ਪੈ ਪੇਦ ਪਦੋਂ ਪਵਰ ਪਵਰਾ ਪਵਰੋ ਵਿਚਾਰ ਵਿਚਾਰ ਹੁਣ ਇਹ ਅੱਖਰ ਵੀ ਸ਼ਿਆਰੀ ਔਰ ਬਿਹਾਰੀ ਨਾਲ ਬਹੁਤ سارے ਆਣਗੇ ਗੁਰਬਾਣੀ ਅੰਦਰ ਇੱਕ ਜਗ੍ਹਾ ਸ਼ਿਆਰੀ ਹੋਵੇਗੀ ਕਿਤੇ ਬਿਹਾਰੀ ਹੋਵੇਗੀ ਤਾਂ ਸ਼ਿਆਰੀ ਔਰ ਬਿਹਾਰੀ ਦੀ ਜਿਹੜੀ ਟੋਨ ਆਵਾਜ਼ ਹੈ 사উন্ড ਹੈ ਉਹ ਆਪ ਜੀ ਨੇ ਬੜੇ ਧਿਆਨ ਨਾਲ ਦੇਖ ਕੇ ਪੜ੍ਹਨੀ ਹੈ ਸ਼ਿਆਰੀ ਦਾ ਉਚਾਰਨ ਬਹੁਤ ਛੋਟਾ ਹੁੰਦਾ ਹੈ ਲਗੋ ਮਾਤਰਾ ਕਹਿੰਦੇ ਆ ਸ਼ਾਰਟ ਵਾਵਲਸ ਕਹਿੰਦੇ ਆ ਬਿਹਾਰੀ ਦੀ ਟੋਨ 사উন্ড ਲੰਬੇ ਹੁੰਦੀ ਹੈ ਦੇਨੋ ਧੀਰਗ ਮਾਤਰਾ ਧੀਰਗ ਵਾਵਲਸ ਲੌਂਗ ਵਾਵਲਸ ਡਬਲ ਵਾਵਲਸ ਕਹਦੇ ਨੇ ਹਾਂ ਤਾਂ ਪਹਿਲਾ ਅੱਖਰ ਹੈ ਵਿਚਾਰ ਦੂਸਰਾ ਬਣੇਗਾ ਵੀਚਾਰ ਜਦ ਜੀ ਸਾਧੇ ਸ਼ੁਰੂ ਵਿੱਚ ਇਹ ਬਹੁਤ سارے ਅੱਖਰ ਆਪਸ ਹੀ ਨੂੰ ਮਿਲਣਗੇ ਵੀਚਾਰੀ ਵੀਚਾਰੋ ਵਿਚਾਰ ਸਵਰ ਤਵਾਰ ਸਦਾਰੰ ਸਵਰੋ ਸਵੇ ਸਵੇਰਾ ਪਲ ਪਾਲ ਪਰਮ ਪੁਲਾਣਾ ਉਹ ਲਾਣਾ ਪੁਲਾਣਾ ਪਕਕਾ ਅਕਕਾ ਇਹਦੇ ਨਾ ਕੁਝ ਵਰਡ ਅੱਧਕ ਵਾਲੇ ਤੇ ਬਿੰਦੀ ਵਾਲੇ ਲਏ ਹਨ ਇਹ ਧਿਆਨ ਰੱਖਣਾ ਹੈ ਇਹਦੇ ਰੂਲ ਮੈਂ ਅੱਗੇ ਜਾ ਕੇ ਸਮਝਾਵਾਂਗਾ ਕਿਉਂਕਿ ਗੁਰਬਾਣੀ ਅੰਦਰ ਅੱਧਕ ਕਿਤੇ ਵੀ ਨਹੀਂ ਮਿਲੇਗੀ ਉਹ ਲਾਈਨ ਨੂੰ ਪੜ੍ਹ ਕੇ ਅੱਖਰ ਨੂੰ ਪੜ੍ਹ ਕੇ ਆਪ ਧਿਆਨ ਨਾਲ ਸਮਝ ਕੇ ਪੜਨਾ ਪੈਂਦਾ ਹੈ ਅੱਧਕ ਅੱਧਕ ਮੀਨਸ ਹਾਫ ਅੱਧਾ ਕਈ ਵਾਰੀ ਬਹੁਤ ਸਾਰੇ ਸ਼ਬਦਾਂ ਵਿੱਚ ਕੋਈ ਇੱਕ ਅਲਫਾਬੈਟ ਜੋ ਹੈ ਉਹ ਅੱਧਾ ਪਲੱਸ ਇੱਕ ਡੇਢ ਅੱਖਰ ਬੋਲਣਾ ਹੁੰਦਾ ਹੈ ਪਰ ਉਹ ਡੇਢ ਅੱਖਰ ਦੇ ਵਿੱਚ ਅੱਧਕ ਵਾਰਤੀ ਜਾਂਦੀ ਹੈ ਜਿਵੇਂ ਹੈ ਪੁੱਲਣ ਲੱਲਾ ਜੋ ਹੈ ਉਹ ਅੱਧਾ ਨਾਲ ਬੋਲਿਆ ਜਾਵੇਗਾ ਪੱਕਾ ਕੱਕਾ ਅੱਧਾ ਨਾਲ ਬੋਲਿਆ ਜਾਵੇਗਾ ਅੱਧਕ ਦੀ ਸਾਊਂਡ ਇਹੀ ਦੱਸਦੀ ਹੈ ਪੱਖਾ ਉਹ ਕੁਝ ਬਿੰਦੀ ਵਾਲੇ ਅੱਖਰ ਆਪਦੀ ਨਾਲ ਸ਼ੇਅਰ ਕਰਾਂਗਾ ਗੁਰਬਾਣੀ ਅੰਦਰ ਕੁਝ ਅੱਖਰਾਂ ਦੇ ਉੱਪਰ ਬਿੰਦੀ ਲੱਗੀ ਹੈ ਪਰ ਬਹੁਤ ਸਾਰੇ ਅੱਖਰਾਂ ਉੱਪਰ ਨਹੀਂ ਲੱਗੇ ਹੋਵੇਗੀ ਉਹ ਆਪਦੀ ਨੇ ਰੈਫਰੈਂਸ ਟੂ ਦਾ ਲਾਈਨ ਰੈਫਰੈਂਸ ਟੂ ਦਾ ਵਰਡ ਮੀਨਿੰਗ ਉਹ ਧਿਆਨ ਨਾਲ ਕੇ ਦੇਖਣਾ ਹੋਵੇਗਾ ਪਾਈ 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 ਸਾਈ ਸਾਈ ਜਾਇਂ ਭਿਆਈ ਹੁਣ ਇਹ ਪਛਾਣ ਕਰਨ ਵਾਸਤੇ ਰਿਕੋਗਨਾਈਜ਼ ਕਰਨ ਵਾਸਤੇ ਬਹੁਤ ਧਿਆਨ ਲਖਣਾ ਪਏਗਾ ਕਿ ਜਦੋਂ ਬਿੰਦੀ ਦਾ ਰੂਲ ਆਏਗਾ ਗ੍ਰਾਮਰ ਦੇ ਵਿੱਚ ਉਦੋਂ ਮੈਂ ਆਪੇ ਨਾਲ ਇਹਨਾਂ ਦੇ ਅਰਥ ਤੇ ਇਹਨਾਂ ਦੇ ਉਚਾਰਨ ਹੋਰ ਪੱਕਾ ਕਰਾਵਾਂਗਾ ਪਾਓ 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 ਆਓ ਗਾਓ ਜਾਓ ਕਰੋ ਮਰੋ ਇਸ ਤਰ੍ਹਾਂ ਦੇ ਨਾਲ ਅਸੀਂ ਇਹਨਾਂ ਅੱਖਰਾਂ ਦੇ ਉਚਾਰਨ ਵੱਲ ਧਿਆਨ ਰੱਖਣਾ ਹੈ ਪ੍ਰੈਕਟਿਸ ਦੇ ਨਾਲ ਇਹ ਚੀਜ਼ਾਂ ਸਾਨੂੰ ਹੋਰ ਪੱਕੀਆਂ ਹੋਣਗੀਆਂ ਸਮਝ ਆਉਣਗੀਆਂ ਕਰੋ ਮਰੋ ਕਰੋ ਉਹ ਉਹ ਇਹਨੂੰ ਨਾ ਤੱਕ ਜਿਹੜੇ ਹੈ ਟੋਨ ਕਹਿੰਦੇ ਆ নাক ਵਿੱਚੋਂ ਆਵਾਜ਼ ਆਉਂਦੀ ਹੈ ਬਿੰਦੀ ਦੀ ਕਰੋ ਜਾਓ ਇਹ ਥੋੜਾ ਜਿਹਾ ਆਪ ਜੀ ਨੇ ਧਿਆਨ ਲਖਣਾ ਹੈ ਇੱਕ ਅੱਜ ਇਹ ਵਾਰ ਮੈਂ ਕਿਸੇ ਜ਼ੂਮ ਦੇ ਉੱਪਰ ਸਮਝ ਰਿਆ ਸੀਗਾ ਉੱਥੇ ਮੈਨੂੰ ਆਯਾ ਵੀ ਇਹ ਵੀ ਅੱਖਰ ਲਿਖਣਾ ਚਾਹੀਦਾ ਹੈ ਉਚਾਰਨ ਬਹੁਤ ਥੋੜਾ ਫਰਕ ਹੁੰਦਾ ਹੈ ਪਰ ਧਿਆਨ ਨਾਲ ਕਰਨਾ ਹੋਵੇਗਾ ਕ ਕਹ ਕਹ ਕਹੋ 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 ਇਹਤਨਾ ਦੇ ਨਾਲ ਆਪ ਜੀ ਨੂੰ ਕਿ ਅੱਗੇ ਜਦੋਂ ਬਾਣੀ ਦਾ ਮਿਆਰ ਕਰਾਵਾਂਗਾ ਪੜਨ ਦੇਲੇ ਇਵੇਂ ਬੋਲਣਾ ਹੈ ਤੇ ਉਹਦੇ मीनिंग ਅਸ ਕਿਵੇਂ ਬਦਲ ਜਾਂਦੇ ਹਨ ਉਹ ਮੈਂ ਉਸ ਵੇਲੇ ਆਪਦੀ ਨਾਲ ਸ਼ੇਅਰ ਕਰਾਂਗਾ ਕਿਉਂਕਿ ਜੇ ਇੱਥੇ ਅਸੀਂ मीनिंग ਵੱਲ ਧਿਆਨ ਕਰਾਂਗੇ ਤਾਂ ਉਚਾਰਨ ਦੀ ਗਲਤੀ ਹੋ ਰਹਿ ਜਾਣਗੀ ਆ ਪਾਪ ਪਾਪਾ ਪਾਪਤੀ ਪਪੜ ਪਪੜ ਪਕੌੜਾ ਪਕੋੜੇ ਪਕੋੜੀ ਇਹ ਕੱਕਾ ਹੋੜ ਦੇ ਨਾਲ ਆ ਰਿਹਾ ਹੈ ਇਹ ਜਿਹੜਾ ਕਨੋੜੇ ਨਾਲ ਵੀ ਬੋਲਿਆ ਜਾ ਸਕਦਾ ਹੈ ਚਲ ਚਾਲ ਚਾਲੀ ਚਲੋ ਚਲੋ ਚਾਲ ਚਿਲਾ ਚਿਲਾਕ ਚਿਲਾਕ ਕੀ ਗਣਤ ਗਣਤ ਗਣਤੀ ਗੇਣਤੀ ਗਿਣੋ ਗਿਣਾ ਗਿਣਾਵਨ 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 ਜਦੋਂ ਅੱਖਰ ਕੋਈ ਬੋਲਿਆ ਨਾ ਜਾਵੇ ਤਾਂ ਉਹਦਾ ਇੱਕ ਇੱਕ ਅਲਫਾਬੈਟ ਦੇ ਵਾਵਲਸ ਇੱਕ ਇੱਕ ਕਰਕੇ ਹੌਲੀ ਹੌਲੀ ਬੋਲੋ ਜਿਹਦੇ ਅੱਖਰ ਗਿਣਾਵਨ ਹੈ ਬੋਲਣ ਲੱਗੇ ਇਹੋ ਜਿਹਾ ਅੱਖਰ ਕੋਈ ਮੁਸ਼ਕਿਲ ਆਵੇ ਤਾਂ ਇਸ ਨੂੰ ਇਸ ਤਰ੍ਹਾਂ ਯਾਦ ਕਰੋ ਗ ਣਾ ਵ ਨ ਗਣਾਵਨ 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 ਇਸ ਤਰ੍ਹਾਂ ਕਰਕੇ ਅਭਿਆਸ ਨਾਲ ਉਹ ਅੱਖਰ ਯਾਦ ਹੋ ਜਾਵੇਗਾ ਹੋਮਵਰਕ ਸਾਰੇ ਨੋਟ ਕਰ ਲਓ ਕਈਆਂ ਦਾ ਹੋਮਵਰਕ ਮੈਨੂੰ ਨਹੀਂ ਆ ਰਿਹਾ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਹੈ ਪੜ੍ਹਨੀ ਪਰ ਮੈਨੂੰ ਪੱਕਾ ਪਤਾ ਹੈ ਲਿਖਣ ਦੇ ਉਹਨਾਂ ਨੂੰ ਕਈ ਮੁਸ਼ਕਲਾ ਆਂਦੀਆਂ ਹੋਣਗੀਆਂ ਪਾਣੀ ਨੂੰ ਲਿਖਣ ਦਾ ਇਹ ਅਸੀਂ ਅੱਗੋਂ ਅਭਿਆਸ ਕਰਨਾ ਹੈ ਪਰ ਇੱਥੇ ਇਹ ਇਸ ਜਿਹੜੀ ਆ ਸਲਾਈਡ 'ਵੀ ਫੋਟੋ ਕਿਤ ਲਾਓ ਪਹਿਲਾ ਹੋਮਵਰਕ ਹੈ ਜੋ ਆਪ ਜੀ ਨੇ ਕਰਨਾ ਹੈ ਨੇਮ ਆਫ ਦਾ ਡੇ ਜਿਹੜੇ ਦਿਨਾਂ ਦੇ ਨਾਮ ਹਨ ਸਪਤਾਹਕ ਸੋਮਵਾਰ ਮੰਗਲਵਾਰ ਵੀਰਵਾਰ ਇਹ ਪੰਜਾਬੀ ਵਿੱਚ ਲਿਖ ਕੇ ਮੈਨੂੰ ਵਟਸਐਪ ਦੇ ਉੱਪਰ ਪੇਜ ਨੇ ਹਨ ਆਪ ਜੀ ਨੇ ਦੂਸਰਾ ਹੋਮਵਰਕ ਹੈ ਮਹੀਨੇ ਇਹ ਪੰਜਾਬੀ ਵਿੱਚ ਸਾਰੇ 12 ਮਹੀਨੇ ਲਿਖਣੇ ਹਨ ਆਪ ਜੀ ਨੇ ਜਨਵਰੀ ਫਰਵਰੀ ਮਾਰਚ ਇਹ ਪੰਜਾਬੀ ਵਿੱਚ ਲਿਪੀ ਦੇ ਅੰਦਰ ਲਿਖਣੇ ਹਨ ਇੱਕ ਪੇਜ ਦੇ ਉੱਪਰ ਇੱਕ ਹੋਮਵਰਕ ਕਰਨਾ ਹੈ ਆਪ ਜੀ ਨੇ ਜਗਾ ਹੋਵੇ ਤਾਂ ਹੋਰ ਕਰ ਸਕਦੇ ਹੋ ਇਹ ਉਹ ਲਿਖਣ ਤੋਂ ਬਾਅਦ ਮੈਨੂੰ ਭੇਜਨੇ ਹਨ WhatsApp ਤੇ ਉਹ ਸੋਬਾ ਇਹਦੀ ਵੀਡੀਓ ਬਣਾ ਕੇ ਵੀ ਮੈਨੂੰ ਆਡੀਓ ਬਣਾ ਕੇ ਸਾਰੀ ਭੇਜ ਦਿਓ ਤਾਂ ਕਿ ਮੈਂ ਸੁਣ ਸਕਾਂ ਵੀ ਜੋ ਤੁਸੀਂ ਲਿਖਿਆ ਹੈ ਉਹ ਠੀਕ ਬੋਲਦੇ ਹੋ ਕਿ ਨਹੀਂ ਜਿੰਨ ਨੂੰ ਯਾਦ ਆ ਛੋਟੇ ਹੁੰਦੇ ਹਾਂ ਮੈਂ ਗੁਜ਼ਾਰਾ ਇੱਕ ਦਿੱਲੀ ਦਾ ਬੰਗਲਾ ਸਾਹਿਬ ਉਹ ਛੋਟੇ ਹੁੰਦੇ ਸਾਡੇ ਮੂੰਹ ਤੇ ਚੜਿਆ ਸੀ ਗਮਲਾ ਸਾਹਿਬ ਗਮਲਾ ਸਾਹਿਬ ਕਹ ਦੇ ਹੁੰਦਾ ਸੀਗਾ ਤਾਂ ਇਸ ਤਰ੍ਹਾਂ ਬਹੁਤ ਸਾਰੇ ਅੱਖਰ ਸਾਡੀ ਜ਼ੁਬਾਨ ਤੇ ਗਲਤ ਚੜੇ ਹੁੰਦੇ ਹਾਲ ਤਾਂ ਉਹ ਤਾਂ ਪਤਾ ਲੱਗੇਗਾ ਕਿ ਆਪ ਆਡੀਓ ਜਿਹੜੀ ਹੈ ਉਹ ਬੋਲ ਕੇ ਪਹਿਲਾਂ ਹੋਮਵਰਕ ਲਿਖ ਲਓ ਫਿਰ ਉਹਨੂੰ ਆਡੀਓ ਵਿੱਚ ਬੋਲ ਕੇ ਰਿਕਾਰਡ ਕਰ ਲਓ ਤੇ ਫਿਰ ਉਹ ਮੈਨੂੰ ਆਪ ਭੇਜ ਸਕਦੇ ਹੋ ਦੂਸਰਾ ਹੋਮਵਰਕ ਹੈ ਕਾਊਂਟਿੰਗ ਗਿਣਤੀ ਦਾ ਹੋਮਵਰਕ ਜੋ ਹੈ ਉਹ ਆਪ ਦੀਨੇ 1 ਤੋਂ ਲੈ ਕੇ 20 ਤੱਕ ਨੰਬਰਿਕਲ ਵਰਡ ਲਿਖਣੇ ਹਨ ਤੇ ਉਹ ਪੰਜਾਬੀ ਵਿੱਚ ਲਿਖਣੇ ਹਨ ਜਿਵੇਂ ਮੈਂ ਐਗਜ਼ਾਮਪਲ ਲਿਖੀ ਆ 1 ਨੰਬਰਿਕਲ ਵਰਡ ਦੇ ਲਿਖਣਾ ਹੈ ਉਸ ਤੋਂ ਬਾਅਦ ਲਿਪੀ ਪੰਜਾਬੀ ਵਿੱਚ ਲਿਖਣਾ ਹੈ ਬਾਕੀ ਉਹਦੀ ਵੀ ਟੋਨ ਆਪੀ ਨੂੰ ਪੂਰੀ ਤਰ੍ਹਾਂ ਯਾਦ ਹੋ ਜਾਵੇ ਤੀਸਰਾ ਹੋਮਵਰਕ ਹੈ ਪੰਜਾਬੀ ਦੇ ਅੰਦਰ ਆਪ ਦੀ ਨੇ 10 ਗੁਰੂ ਸਾਹਿਬ ਦੇ ਨਾਮ ਪੰਜ ਪਿਆਰਿਆਂ ਦੇ ਨਾਮ ਲਿਖਨੇ ਹਨ ਗੁਰਮੁਖੀ ਲਿਪੀ ਦੇ ਅੰਦਰ ਪੰਜਾਬੀ ਦੇ ਅੰਦਰ ਲਿਖਨੇ ਹਨ ਤੇ ਇਹਨਾਂ ਨੂੰ ਮੈਮਰਾਈਜ਼ ਦੇ ਕਰਨਾ ਹੈ ਯਾਦ ਵੀ ਕਰਨਾ ਹੈ ਦੂਸਰੇ ਸੈਸ਼ਨ ਦੇ ਵਿੱਚ ਹੁਣ ਆਪਣਾ ਮਾਈਕ ਜਿਹੜੇ ਹਨ ਉਹ ਸਾਰੇ ਮਿਊਟ ਕਰ ਲਓ ਤੇ ਧਿਆਨ ਨਾਲ ਸੁਣਨਾ ਹੈ ਸਭ ਲੋ ਅਸੀਂ ਪਿਛਲੇ ਹਫਤੇ ਬਾਣੀ ਦੀ ਬੰਤਰ ਨੂੰ ਸਮਝਣ ਦੇ ਰੂਲ ਵਿੱਚ ਕੁਰਬਾਨੀ ਗ੍ਰਾਮਰ ਚਰੋ ਕੀਤੀ ਸੀ ਤੇ ਉਹਦਾ ਪਹਿਲਾ ਰੂਲ ਅਸੀਂ ਕਾਮਾ ਪਾਜ਼ ਅਰਦੇ ਸ਼ਾਮ ਜੀ ਨੂੰ ਕਹਿੰਦੇ ਹਾਂ ਉਹਦਾ ਸਮਝਿਆ ਸੀ ਮੈਂ ਦੋ ਪੰਕਤੀਆਂ ਰਿਵਾਈਜ਼ ਕਰਦਾ ਹੋਇਆ ਅੱਜ ਦਾ ਜੋ ਅਗਲਾ ਰੂਲ ਹੈ ਉਹ ਅਸੀਂ ਸਮਝਣ ਦਾ ਯਤਨ ਕਰਾਂਗੇ ਆਮ ਕਰਕੇ ਪਾਠ ਕਰਦੇ ਹਾਂ ਅਸੀਂ ਲਾਈਨ ਇੱਕੋ ਬਿਨਾ ਪਾਠ ਦੇ ਪਰਦੇ ਹਾਂ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਹਨ ਮੈਂ ਦੇਖਦਾ ਹਾਂ ਕਈ ਥਾਵਾਂ ਤੇ ਉਹ ਬਹੁਤ ਜਲਦੀ-ਤਲਦੀ ਪਰਦੇ ਹਨ ਇੱਕ ਘੰਟੇ ਵਿੱਚ ਸੁਖਮਨੀ ਸਾਹਿਬ ਪਾਠ ਖਤਮ ਕਰ ਦਿੱਤਾ ਜਾਂਦਾ ਹੈ ਸਾਰਾ ਭਿਆਨ ਅਗਲੀ ਲਾਈਨੋਂ ਪੜਨ ਵਾਲਾ ਹੁੰਦਾ ਹੈ ਮੈਂ ਕਿਹਾ ਲਾਈਨ ਪੜਨੀ ਨਾ ਭੁੱਲ ਜਾਵਾਂ ਪਰ ਉਚਾਰਣ ਵਾਲ ਕੰਸੈਸ਼ਨ ਵਾਲ ਬਿਲਕੁਲ ਧਿਆਨ ਨਹੀਂ ਕਰਦੇ ਜਿਸ ਕਰਕੇ ਸੁਖਮਨੀ ਸਾਹਿਬ ਦੀ ਬਾਣੀ ਅੰਦਰ ਇੱਕ ਆਮ ਪਾਠ ਕਰਨ ਵਾਲਾ ਉਹ ਘੱਟੋ ਘੱਟ 1200 ਗਲਤੀਆਂ ਕਰਦਾ ਹੈ ਤੇ ਜਪਨੀ ਸਾਹਿਬ ਦੇ 400 ਉਦਾ ਕਾਰਨ ਇਹ ਹੈ ਇੱਕ ਅਗਿਆਨਤਾ ਹੈ ਇੱਕ ਅਸੀਂ ਜੋ ਜਲਦੀ ਪਾਠ ਕਰਦੇ ਹਾਂ ਹੁਣ ਇਹ ਪਹਿਲੀ ਪੰਕਤੀ ਜੋ ਆਪਦੀ ਦੇ ਸਾਹਮਣੇ ਆ ਅਕਸਰ ਅਸੀਂ ਇਸ ਤਰ੍ਹਾਂ ਪੜ੍ਹ ਦਿੰਨੇ ਹਾਂ ਹਮ ਪਾਪੀ ਸੰਗ ਗੁਰ ਉਬਰੇ ਪੁਨ ਸਤਗੁਰ ਕੇਰਾ ਗਲਤ ਪਾਠ ਹੈ ਹਮ ਪਾਪੀ ਸੰਗ ਗੁਰ ਉਬਰੇ ਇਹਦਾ ਅਰਥ ਬਣਦਾ ਹੈ ਕਿ ਮੇਰੇ ਵਰਗੇ ਪਾਪੀਆਂ ਦੀ ਸੰਗਤ ਕਰਕੇ ਗੁਰੂ ਦਾ ਵੀ ਉਧਾਰ ਹੋ ਜਾਂਦਾ ਹੈ ਅਸੀਂ ਗੁਰੂ ਸਾਹਿਬ ਦੀ ਬੇਅਤੀ ਕਰ ਜਾਂਦੇ ਹਾਂ ਤਾਂ ਪੌਜ਼ ਦਾ ਰੋਲ ਅਪਲਾਈ ਕਰਾਂਗੇ ਹਮ ਪਾਪੀ ਸੰਗ ਗੁਰ ਉਬਰੇ ਪੁਨ ਸਤ ਗੁਰ ਕੇ ਰਾ ਇਸਾ ਖੰਡ ਪਾ ਕਰਦੇ ਆ 40 ਤੋਂ 50000 ਗਲਤੀਆਂ ਅਸੀਂ ਕਰਦੇ ਹਾਂ ਤਾਂ ਜੇ ਪਾਟ ਜਲਦੀ ਜਲਦੀ ਕਰਾਂਗੇ ਇਹਨਾਂ ਗਲਤੀਆਂ ਦਾ ਹੋਣਾ ਸੁਭਾਵਕ ਹੈ ਹੁਣ ਇਹ 40000 ਗਲਤੀਆਂ ਦਾ مالک ਦੇਣਦਾਰ ਸਤ ਤੋਂ ਪਹਿਲਾਂ ਤਾਂ ਉਹ ਹੋਵੇਗਾ ਜਿਹੜਾ ਪਾਠ ਅਖੰਡ ਪਾਠ ਕਰਵਾ ਰਿਹਾ ਹੈ ਉਹ ਦੇਣਦਾਰ ਹੈ ਕਿਉਂਕਿ ਐਸੇ ਗੁਰੂ ਘਰ ਜੇ ਤੰਦਰ ਗੁਰੂ ਬਾਣੀ ਦੇ ਅਨੁਸਾਰ ਅਖੰਡ ਪਾਠ ਦੀ ਕੋਈ ਮर्यादा ਨਹੀਂ ਹੈ ਬਿਲਕੁਲ ਗਲਤ ਮर्यादा ਹੈ ਪਾਠ ਆਪੜਨਾ ਹੈ ਸਮਝਣਾ ਹੈ ਆਪਣੇ ਜੀਵਨ ਅੰਦਰ ਅਪਲਾਈ ਕਰਨਾ ਹੈ ਦੂਸਰੀ ਪੰਕਤੀ ਹੈ ਸਤਗੁਰ ਆਯੋ ਸ਼ਰਨ ਤੁਹਾਰੀ ਇਹ ਸ਼ਬਦ ਪਰਵਾਤ ਫੇਰੀਆਂ ਤੇ ਬਾਤ ਪੜੇ ਜਾਂਦੇ ਸਭ ਜਦ ਵਿੱਚ ਫਿਰ ਅਸ ਗਲਤ ਹੋ ਜਾਂਦਾ ਹੈ ਕਿ ਸਤਗੁਰ ਸਾਡੀ ਸ਼ਰਨ ਵਿੱਚ ਆ ਗਿਆ ਨਹੀਂ ਬਾਣੀ ਨੂੰ ਪੜਨ ਲੱਗਿਆ ਬਾਣੀ ਦੀ ਜਿਹੜੀ ਟੋਨ ਹੈ ਜਿਸ ਸੈਂਸ ਦੇ ਵਿੱਚ ਬਾਣੀ ਕਹੀ ਜਾ ਰਹੀ ਹੈ ਉਹਦਾ ਵੀ ਹਮੇਸ਼ਾ ਧਿਆਨ ਦੇਣਾ ਹੈ ਕਿਉਂਕਿ ਬਾਣੀ ਗੱਲਬਾਤ ਕਰਨਾ ਸਿਖਾਉਂਦੀ ਹੈ ਬਾਣੀ ਪਿਆਰ ਕਰਨਾ ਸਿਖਾਉਂਦੀ ਹੈ ਬਾਣੀ ਗੱਲਬਾਤ ਕਰਨਾ ਸਿਖਾਉਂਦੀ ਹੈ ਤਾਂ ਉਹ ਢੰਗ ਉਹ ਤਰੀਕਾ ਸਾਨੂੰ ਸਮਝਣਾ ਚਾਹੀਦਾ ਹੈ ਤਾਂ ਇਹਦਾ ਸ਼ੁੱਧ ਪਾਠ ਹੋਏਗਾ ਸਤਗੁਰ ਆਇਓ ਸ਼ਰਨ ਤੇ ਹਾਰੀ ਸਤਗੁਰ ਨੂੰ ਸੰਬੋਧਨ ਕਰ ਰਹੇ ਹਾਂ ਇਹ ਸਤਗੁਰੂ ਜੀ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ ਤਾਂ ਇਸ ਤਰ੍ਹਾਂ ਦੇ ਨਾਲ ਜਿਹੜਾ ਪਾ ਦਾ ਰੂਲ ਹੈ ਉਹ ਆਪ ਜੀ ਨੇ ਸਮਝਣਾ ਹੈ ਗੁਰਮਾਣੇ ਗ੍ਰਾਮਰ ਗੁਰਮਾਣੇ ਵਿਆਕਰਨ ਦੇ ਨਿਯਮਾਂ ਦਾ ਅੱਜ ਅਸੀਂ ਸਮਝਾਂਗੇ ਲਾਂ ਦੁਲਾ ਦਾ ਉਚਾਰਨ ਇਹਨੇ ਅੱਖਰ ਲਿਖੇ ਹਨ ਇਹ ਬੇਸ਼ੱਕ ਆਪ ਜੀ ਮੇਰੇ ਨਾਲ ਬਾਤ ਚੋਂ ਪੜ ਸਕਦੇ ਹੋ ਨਾ ਦਾ ਉਚਾਰਨ ਕਿਹੜਾ ਅੰਗਰੇਜ਼ੀ ਦਾ ਅਲਫਾਬੈਟ ਏ ਹੁੰਦਾ ਹੈ ਏ ਇਹਦਾ ਉਚਾਰਨ ਨਾ ਦਾ ਇਸ ਤਰ੍ਹਾਂ ਹੋਏਗਾ ਦੁਲਾ ਦਾ ਉਚਾਰਨ ਪਿਛਲੇ ਵਾਰ ਵੀ ਆਪ ਜੀ ਨੂੰ ਰਿਵਾਈਜ਼ ਕਰਾਇਆ ਸੀ ਦੁਲਾ ਦਾ ਉਚਾਰਨ ਐ ਦੇ ਨਾਲ ਹੋਏਗਾ ਮੂੰ 3 ਟਾਈਮ ਤਿੰਨ ਗੁਣਾ ਜ਼ਿਆਦਾ ਖੋਲਣਾ ਚਾਹੀਦਾ ਹੈ ਪ੍ਰੈਕਟਿਸ ਕਰਨ ਰਹਿਲੇ ਉਹ ਜਦੋਂ ਪਾਠ ਕਰਦੇ ਆ ਇਹ ਮੂੰਹ ਘਟ ਕੇ ਡਬਲ ਰਹਿ ਜਾਂਦਾ ਹੈ ਪਰ ਜੇ ਪਹਿਲੇ ਅਭਿਆਸ ਹੀ ਡਬਲ ਕੀਤਾ ਹੋਏਗਾ ਤਾਂ ਪਾਠ ਕਰਨ ਲੱਗਿਆ ਇਹਨੇ ਹਾਫ ਰਹਿ ਜਾਣਾ ਹੈ ਤਾਂ ਉਹ ਦੁਲਾ ਦਾ ਲਾਂ ਬਣ ਜਾਂਦਾ ਹੈ ਤਾਂ ਇਸ ਦੁਲਾਾਂ ਔਰ ਲਾਂ ਦੇ ਉਚਾਰਨ ਨੂੰ ਬਹੁਤ ਧਿਆਨ ਨਾਲ ਸਮਝਣਾ ਹੈ ਕਿ ਆਓ ਇਹਨਾਂ ਦਾ ਉਚਾਰਨ ਦੇਖਦੇ ਹਾਂ ਸੁਣਦੇ ਹਾਂ ਇਨਾਲ ਨਾਲ-ਨਾਲ ਬੋਲਣ ਦਾ ਅਭਿਆਸ ਕਰ ਸਕਦੇ ਹੋ ਤੇ ਚੇ ਹੈ ਨੇ ਹੈ ਰੇ ਲੈ ਨੇ ਤਾਂ ਇਸ ਤਰ੍ਹਾਂ ਆਪ ਜਿੰਨੇ ਅਲਫਾਬੈਟ ਨੇ ਵਰਤਵਾਲ ਉਹਨਾਂ ਦੇ ਉੱਪਰ ਲਾਂ ਲਗਾ ਕੇ ਲਿਖ ਕੇ ਬੋਲਣ ਦਾ ਅਭਿਆਸ ਕਰਨਾ ਹੈ ਦੁਲਾਂ ਦਾ ਉਚਾਰਨ ਹੋਏਗਾ ਤ ਅ ਚ ਹ ਮ ਰ ਲ ਬ ਅਗੇਨ ਪ੍ਰੈਕਟਿਸ ਕਰਨ ਲੱਗਿਆ ਮੂੰਹ ਜ਼ਿਆਦਾ ਖੋਲਣਾ ਹੈ ਹੁਣ ਅੱਖਰ ਅਸੀਂ ਲਾਂ ਦਾਂ ਦੇ ਨਾਲ-ਨਾਲ ਬੋਲਾਂਗੇ ਸੇ ਸਾ ਸੋ ਚੇ ੋਚ ੋਚੇ ਕੂੜੇ ਕੂੜੇ ਕੂੜਾ ਕੂੜੇ ਨੀਲ ਮੈਲ ਮੈਲ ਮੇਲੇ ਮੈਨੇ ਮੇਲੇ ਪਰੇ ਪਰ ਪਰ ਮੈ ਲੈ ਮੇਲੇ ਏ ਔਰ ਐ ਦਾ ਉਚਾਰਨ ਇਹ ਗੁਰਬਾਣੀ ਦੇ ਚੋਂ ਅੱਖਰ ਲੱਭ ਕੇ ਅਭਿਆਸ ਕਰਨ ਦਾ ਯਤਨ ਕਰਨਾ ਹੈ ਕੁਝ ਹੋਰ ਅੱਖਰ ਹਨ ਨਾਂ ਦਾ ਨਾਂ ਦੇ ਆਓ ਅਭਿਆਸ ਕਰਦੇ ਹਾਂ ਕਿ ਕ ਜੇ ਜ ਪੇ ਪੇ ਲੇ ਲੇ ਉਨ ਅੱਖਰਾਂ ਨੂੰ ਜੋੜ-ਜੋੜ ਕੇ ਦਾ 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 ਉਚਾਰਨ ਸੰਧਾਂਗੇ 에 ਵੇ 에 ਵੇ ਪ੍ਰੇਮ 에 ਵਾ 에 ਵਾ ਇਹ ਤੇ ਇਹ ਦਾ ਪੂਰ ਧਿਆਨ ਨਾਲ ਕਰਨਾ ਹੈ 에 ਵੇ 에 ਵੇ ਪ੍ਰੇਮ ਪ੍ਰਾਮ ਪ੍ਰੇਮ ਪ੍ਰਾਮ ਜਲ ਜਲ ਹੀ ਏ ਹੀ ਆ ਤੇ ਵੇ ਸੇਵਾ ਹੈ ਹੈ ਤੇਰਾ ਤੁਹਾਨੂੰ ਕਿਤੇ ਨੋ ਆਈ ਥਿੰਕ ਯੂ ਆਰ ਟਾਕਿੰਗ ਬਾਡੀ ਤਾਂ ਹੁਣੇ ਕਿਤੇ ਪਲੀਜ਼ ਡੋਨਟ ਟਾਕ ਇਨ ਬਿਟਵੀਨ ਦੈਟ ਜੇ ਆਪ ਜੀ ਨਾਲ ਗੱਲਾਂ ਕਰਨੀਆਂ अखर बोलने का अभ्यास करो ताकि समझ आ सके इस तो बाद हम देखेंगे अगली लाइन तेरे, तेरे तेरे तेरा बड़े बड़ा बड़ा दे वे देदा माने माने मने, 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 मने ਮੰਨਾ ਪੇ ਇੱਕ ਮੰਨਾ ਜਿਹੜਾ ਹੈ ਉਹ ਜਪਦੀ ਸਾਧਕ ਆਉਂਦਾ ਹੈ ਚਾਰ ਪੌੜੀਆਂ ਦੇ ਪਹਿਲੀ ਲਾਈਨ ਜਿਹੜੀ ਪਹਿਲੇ ਮੰਨੇ ਦੀ ਪੌੜੀਾਂ ਵਿੱਚ ਉਹ ਲਾ ਨਾਲ ਹੈ ਬਾਕੀ ਸਾਰੀਆਂ ਬਲਾਵਾਂ ਨਾਲ ਹੈ ਉੱਥੇ ਅਸੀਂ ਉਹ ਬਿੰਦੀ ਨਾਲ ਆਏਗਾ ਮੰਨੇ ਤੇ ਮੰਨਾ ਮਨੇ ਤੇ ਮਨ ਉਹ ਤੇ ਅੰਦਰ ਆਪਾਂ ਕਰਾਂਗੇ आपे 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 सबे 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 आपे आपे हसे हसे खेले खेला मेल मेला मेल मेला मेल, 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 ਤਾਂ ਪਾਠ ਕਰ ਲਗਿਆ ਬੜਾ ਧਿਆਨ ਨਾਲ ਉਸ ਦਾ ਅਭਿਆਸ ਕਰਨ ਦਾ ਯਤਨ ਕਰਿਆ ਕਰੋ ਇੱਕ ਫਲਾਈਡ ਹੋ ਰਿਵਾਈਵ ਕਰਾਂਗੇ ਲਾਂ ਜ਼ਲਾਮਾਤੇ ਔੜੇ ਔੜਾ ਵਿਛੜੇ ਵਿਛੜੇ ਵਿਛੜਾ ਤੇ ਚੰਨਾ ਸੁਣੋ ਜਦੋਂ ਤਿੰਨ ਅਲਫਾਬੈਟ ਜਾਂ ਚਾਰ ਆਣਗੇ ਉਹੇ ਵਲਤੇ ਜਿਆਦਾ ਧਿਆਨ ਕਰਨਾ ਪਏਗਾ ਵਵੇ ਨੁਸੀਆਰੀ ਦੀ ਸੱਚੇ ਨੂੰ ਓਂਕਰ ਛੂ ਅੜਾ ਦੇ ਨਾੜੇ ਵੀ ਛੋੜੇ ਵਿਛੁੜੇ ਵਿਛੁੜੇ ਅਗਲਾ ਰਾੜੇ ਉੱਪਰ ਬੁਲਾਵਾ ਵਿਛੁੜਾ ਵਿਛੁੜਾ ਵਿਛੜਾ ਮਰੇ ਹਾਂ ਵਿਛੁੜਾ ਵਿਛੁੜੇ ਮਰੇ ਮਰਾ ਮਰੇ कले 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 कला करे करा दुख दुखे, दुखे दुखा अगले अगले अगला हूं ये चार अखर वाले ध्यान सुनना है सलाइए 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 ध्यान करो स ल ए सलाई ए सलाई ए सलाई ए, तलाई ए तलाई सलाई 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 ए, ए, ए।, ए अक्षर इड़ी नाल है इसी तरह सेम अक्षर हाहे ना लावेगा सलाही ए सलाही ए, ए। ਸਲਾਹੀ ਐ ਸਲਾਹੀ ਅ ਸਲਾਹੀ ਐ ਸਲਾਹੀ ਐ ਦੱਪਿਸਾ ਬੰਦਰ ਚਾਰ ਪੌੜੀਆਂ ਸੁਣਿਆ ਵੀ ਆਉਂਦੀਆਂ ਨੇ ਉਹਦਾ ਵੀ ਉਚਾਰਨ ਥੋੜਾ ਜਿਆਦਾ ਧਿਆਨ ਨਾਲ ਕਰਨਾ ਹੈ ਉਹਨੂੰ ਆਮ ਕਰਕੇ ਸੁਣੀਏ ਪਰ ਜਾਂਦੇ ਹਾਂ ਉੱਥੇ ਸੁਣੀਏ ਨਹੀਂ ਹੈ ਉਹਨੂੰ ਪੜਨਾ ਹੈ ਦਲਾਵਾ ਦੇ ਨਾਲ ਸੁਣਿਆ ਜਿੰਨਾ ਇਹ ਅਕਲ ਕਿਹਾ ਹੈ ਮਿਲੀਏ ਮਿਲਿਆ ਮਿਲੇਆ ਮਿਲੇਆ ਇਹ ਅਕਲ ਸਾਰੇ ਗੁਰਬਾਣੀ ਦੇ ਅੰਦਰ ਆਉਂਦੇ ਰਹੇ ਮਿਲਿਆ ਕਰਦਾ ਹੁਣ ਇਸ ਤੋਂ ਬਾਅਦ ਅਸੀਂ ਥੋੜਾ ਜਿਹਾ ਸਵਾਲ ਜਵਾਬ ਦਾ ਸੈਸ਼ਨ ਕਰਾਂਗੇ ਮੈਨੂੰ ਇੱਕ ਪੈਂਦੀ ਨੇ ਉਹਨਾਂ ਦਾ ਨਾਮ ਜਸਪ੍ਰੀਤ ਕੌਰ ਸੀ ਪਰ ਮੈਨੂੰ ਅੱਜ ਸੈਕਸ਼ਨ ਵਿੱਚ ਨਜ਼ਰ ਨਹੀਂ ਆ ਰਹੇ ਹਨ ਉਹਨਾਂ ਨੇ ਸਵਾਲ ਲਿਖ ਕੇ ਭੇਜਿਆ ਸੀਗਾ ਇਹ ਸ਼ਬਦ ਹੈ ਖਾਤ ਖਦ ਕਤਪੋਟ ਨਾ ਆਵੇ ਅੰਤ ਨਹੀਂ ਹਰ ਪਾਰਾ ਵਾਰ ਇਹਦੇ ਉਹਨਾਂ ਨੇ ਆਪ ਪੁੱਛੇ ਸਮ ਹੁਣ ਇੱਥੇ ਆਪ ਜੀ ਨੇ ਸਮਝ ਨਾ ਹੈ ਕਿ ਸਦੇ ਇੱਕ ਪੰਗਤੀ ਦੇ ਜਿਹੜੇ ਅਰਥ ਹਨ ਉਹ ਪੂਰੀ ਤਰ੍ਹਾਂ ਸਮਝੇ ਨਹੀਂ ਜਾ ਸਕਦੇ ਹਨ ਗੁਰਬਾਣੀ ਨੂੰ ਸਮਝਣ ਵਾਸਤੇ ਗੁਰਬਾਣੀ ਦੇ ਜਿਹੜੇ ਨਿਯਮ ਹਨ ਰੂਲਸ ਹਨ ਉਹ ਸਮਝਦੇ ਪੈਣਗੇ ਜਿਵੇਂ ਗੁਰਬਾਣੀ ਨੂੰ ਸੰਧਨ ਦਾ ਇੱਕ ਨਿਯਮ ਹੈ ਗੁਰਬਾਣੀ ਵਿਆਕਰਣ ਨੂੰ ਸਮਝਣਾ ਤਾਂ ਉਹਦੇ ਅਰਥ ਔਰ ਉਚਾਰਨ ਠੀਕ ਹੋਵੇਗਾ ਤਾਂ ਉਚਾਰਨ ਦਾ ਅਸੀਂ ਹੌਲੇ ਹੌਲੇ ਸਮਝ ਲਈ ਹਾਂ ਦੂਸਰਾ ਰੂਲ ਹੁੰਦਾ ਹੈ ਬਾਣੀ ਮੂਸਮ ਦੰਦਾ ਸ਼ਬਦ ਦੇ ਅੰਦਰ ਮੋਸਟ ਆਫ ਦਾ ਸ਼ਬਦ ਦੇ ਅੰਦਰ ਇੱਕ ਰਹਾਉ ਦਾ ਬੰਦ ਹੁੰਦਾ ਹੈ ਰਹਾਉ ਤੇ ਇਹ ਬੰਦ ਰਹਾਉ ਦਾ ਮਤਲਬ ਹੈ ਠਹਿਰ ਜਾਓ ਰੁਕ ਜਾਓ ਇੱਕ ਕੇਂਦਰੀ ਭਾਵ ਕਹਿੰਦੇ ਆ ਇਸ ਨੂੰ ਸੈਂਟਰਲ ਆਈਡੀਆ ਕਹਿੰਦੇ ਆ ਇਸ ਰਹਾਉ ਦੇ ਬੰਦ ਨੂੰ ਕਿਉਂਕਿ ਬਾਣੀ ਸਾਰੇ ਕਵਤਾ ਦੇ ਵਿੱਚ ਹੈ ਪੋਇਟਰੀ ਵਿੱਚ ਹੈ ਤਾਂ ਕਵਤਾ ਦੇ ਰੂਲ ਸਮਝਨੇ ਬਹੁਤ ਜ਼ਰੂਰੀ ਆ ਉਹ ਬਹੁਤ سارے ਰੂਲ ਨੇ ਜਿਨ੍ਹਾਂ ਵਿੱਚ ਇੱਕ ਇਹ ਹੈ ਕਿ ਰਹਾਉ ਦਾ ਬੰਦ ਜਿੱਥੇ ਹੋਏਗਾ ਉਹ ਰਹਾਉ ਦਾ ਬੰਦ ਸਟੈਂਜ਼ਾ ਜੋ ਹੈ ਉਹ ਸ਼ਬਦ ਦਾ ਕੇਂਦਰੀ ਭਾਵ ਹੈ ਤਾਂ ਆਓ ਪਹਿਲਾਂ ਕੇਂਦਰੀ ਭਾਵ ਦੇ ਸੰਖੇਪ ਅ ਵਰਡ मीनिंग ਸਮਝਾਂਗੇ ਫਿਰ ਉਸ ਦੇ ਥੋੜੇ ਡਿਟੇਲ मीनिंग ਸਮਝਾਂਗੇ ਤੇ ਇਸ ਰਹਾਉ ਦੇ ਬੰਦ ਅੰਦਰ ਜਿਹੜੀ ਗੱਲ ਵਿਚਾਰ ਕੀਤੀ ਗਈ ਹੈ ਉਹ ਦੇਖਾਂਗੇ ਉਹਨੂੰ ਬਾਕੀ ਸਾਰੇ ਸ਼ਬਦ ਦੇ ਅੰਦਰ ਗੁਰੂ ਪਾਤਸ਼ਾਹ ਜੀ ਨੇ ਹੋਰ ਐਗਜ਼ਾਮਪਲ ਦੇ ਕੇ ਸਮਝਾਉਣਾ ਕੀਤਾ ਹੁੰਦਾ ਹੈ ਬਾਣੀ ਬੋਤੀ ਮਨ ਵਾਸਤੇ ਹੈ ਮਨ ਬਾਣੀ ਨੂੰ ਸਮਝਣ ਦੇ ਵਿੱਚ ਇਹ ਪੱਕ ਹਮੇਸ਼ਾ ਯਾਦ ਰੱਖਣਾ ਹੁੰਦਾ ਹੈ ਜੁnde ਬਾਣੀ ਮਨ ਨੂੰ ਕਹੀ ਜਾ ਰਹੀ ਹੋਵੇ ਤੇ ਮੈਂ ਉਹਨੂੰ ਸ਼ਰੀਰ ਤੇ ਟਿਕਾਵਾਂਗਾ ਪਰ ਉਹਦੇ ਅਸ ਕਦੇ ਵੀ ਪੂਰੀ ਤਰ੍ਹਾਂ ਸਮਝ ਨਹੀਂ ਪਾਵਾਂਗਾ ਮਨ ਨੇ ਨਹੀਂ ਸਮਝੋ ਭਈ ਅ ਲਫਟ ਆਰਮ ਤੇ ਪੇਨ ਹੈ ਜ਼ਖਮ ਹੈ ਮੇਰੇ ਇੱਕ ਬਾਹ ਦੇ ਉੱਪਰ ਤੇ ਮੈਂ ਪੱਟੀ ਜਿਹੜੀ ਹੈ ਦੂਜੀ ਬਾਹ ਦੇ ਉੱਪਰ ਬੰਨੀ ਜਾਵਾਂ ਤਾਂ ਉਹਦਾ ਇਲਾਜ ਠੀਕ ਨਹੀਂ ਹੋਵੇਗਾ ਪਰ ਇਸ ਸਮ ਨਾਲ ਬਾਣੀ ਬਹੁਤੀ ਮਨਵਾਤ ਤੇ ਹੈ ਕਿ ਗੱਲ ਮੈਂ बार-बार ਆਪਣੀ ਕਥਾ ਔਰ ਆਪਣੇ ਜ਼ੂਮ ਕਲਾਸ ਦੇ ਵਿੱਚ ਰਿਵਾਈਜ਼ ਕਰਦਾ ਹਾਂ ਬਹੁਤ ساری ਬਾਣੀ ਮਨਵਾਤ ਤੇ ਹੈ ਹਰੇਕ ਸ਼ਬਦ ਸਰੀਰ ਤੇ ਸਰੀਰ ਦੇ ਆਰਗਨ ਵਾਸਤੇ ਹਨ ਪਰ ਸਤਗੁਰੂ ਜੀ ਉੱਤੇ ਸਰੀਰ ਦਾ ਨਾਮ ਲਿਖਣਗੇ ਜਾਂ ਸਰੀਰ ਦੇ ਹਿੱਸਿਆਂ ਦਾ ਆਰਗਨ ਦਾ ਨਾਮ ਲਿਖਣਗੇ ਇਹ ਸਰੀਰਾਂ ਮੇਰਿਆ ਉੱਤੇ ਸਰੀਰ ਨੂੰ ਕਿਹਾ ਜਾ ਰਿਹਾ ਹੈ ਇਹ ਸਵਣੋਂ ਮੇਰਿਓ ਕੰਨਾਂ ਨੂੰ ਕਿਹਾ ਜਾ ਰਿਹਾ ਹੈ ਇਹ ਨੇਤਰੋ ਮੇਰਿਓ ਅੱਖਾਂ ਨੂੰ ਕਿਹਾ ਜਾ ਰਿਹਾ ਹੈ ਇਸ ਤਰ੍ਹਾਂ ਦੇ ਨਾਲ ਬਹੁਤ ਸਾਰਾ ਬਾਣੀ ਮਨ ਬਾਤ ਹੈ ਪਰ ਫਿਰ ਵੀ ਬੜੇ ਥੋੜੇ ਸ਼ਬਦ ਐਸੇ ਵੀ ਹਣ ਜਿਹੜੇ ਸਰੀਰ ਉੱਤੇ ਵੀ ਟੁਕਦੇ ਹਨ ਤੇ ਮਨ ਉੱਪਰ ਵੀ ਟੁਕਦੇ ਹਨ ਪਰ ਉਹ ਬਹੁਤ ਥੋੜੇ ਹਨ ਆ ਸ਼ਬਦ ਦੇ ਰਾਹ ਦਾ ਮੰ ਸਮਝੰਦਾ ਤਤਨ ਕਰਾਂਗੇ ਮੇਰੇ RAM ਕੋ ਬੰਦਾ ਖਰ ਤੋਟ ਨਾ ਆਵ ਅੰਤ ਨਹੀਂ ਹਰ ਪਾਰ ਆਵਾ ਪਹ ਹੇਰੇ ਰਾਮ ਹੁਣ ਦੇਖੋ ਸਤਗੁਰੂ ਜੀ ਇੱਥੇ ਪਰਮੇਸ਼ਰ ਦੇ ਨਾਲ ਗੱਲਾਂ ਕਰਨ ਦੀ ਜਾਤ ਸਿਖਾ ਰਹੇ ਨੇ ਪਰਮੇਸ਼ਰ ਨੂੰ ਕੀ ਆ ਜਾ ਰਿਹਾ ਹੈ ਰੱਬ ਜੀ ਨੂੰ ਕੀ ਆ ਜਾ ਰਿਹਾ ਹੈ ਕੋ ਪੰਦਾ ਪਾਸ ਪਰਮੇਸ਼ਰ ਦੇ ਪੰਡਾਰ ਪੰਡਾਰ ਨੇ ਖਜ਼ਾਨਾ ਟਰਈਅਰ ਨਿਧਾਨ ਖਾਤ ਨੇ ਖਾਂਦਿਆਂ ਖਰ ਖਰਚਦਿਆਂ ਯੂਟਿਲਾਈਜ਼ ਕਰਦਿਆਂ ਕੱਚ ਤੋੜ ਨਾ ਆਵੇ ਕਿਤੇ ਹੋਰੀ ਜੈ ਵੀ ਕਮੀ ਨਹੀਂ ਆਉਂਦੀ ਹੈ ਤੋੜ ਕਹਿੰਦੇ ਨੇ ਕਾਟਾ ਕਮੀ ਅੰਤ ਨਹੀਂ ਹਰ ਪਾਰਾਵਾਰ ਪਾਰਾਵਾਰ ਪਾਰਲਾ ਬੰਨਾ ਦੂਜਾ ਸਿਰਾ ਤਾਂ ਸਤਿਗੁਰੂ ਕਹਿੰਦੇ ਨੇ ਉਸ ਪਰਮੇਸ਼ਰ ਦੇ ਮੇਰੇ ਪਰਮੇਸ਼ਰ ਦੇ ਜਿਹੜੇ ਪੰਡਾਰ ਹਨ ਖਜ਼ਾਨਾ ਹੈ ਕਹਿੰਦੇ ਉਹ ਬਹੁਤ ਵੱਡਾ ਹੈ ਉਹ ਕੋਈ ਇਨਸਾਨ ਦਿਨਾਂ ਮਰਜ਼ੀ ਲੈ ਲਵੇ ਜਿੰਨਾ ਮਰਜ਼ੀ ਪਾਪਤ ਕਰ ਲਵੇ ਜਿੰਨਾ ਮਰਜ਼ੀ ਉਹਦੀ ਵਰਤੋਂ ਕਰ ਲਵੇ ਉਹਦਾ ਅੰਤ ਨਹੀਂ ਪੈਂਦਾ ਹੈ ਭਾਵੇਂ ਉਹ ਬਹੁਤ ਖਜ਼ਾਨੇ ਹਨ ਤੇ ਉਹਨਾਂ ਖਜ਼ਾਨਿਆਂ ਕਰਕੇ ਉਸ ਪਰਮੇਸ਼ਰ ਦਾ ਪਾਰਲਾ ਬੰਨਾ ਨਹੀਂ ਦਿੱਤਾ ਹੈ ਭਾਵੇਂ ਪਰਮੇਸ਼ਰ ਆਪ ਕਿੰਨਾ ਵੱਡਾ ਹੈ ਉਹਦੇ ਖਜ਼ਾਨੇ ਕਿੰਨੇ ਹਨ ਉਹਦਾ ਗਰੰਟੀ ਨਹੀਂ ਕੀਤੀ ਜਾ ਸਕਦੀ ਹੈ ਹੁਣ ਮਾਨੀ ਨੂੰ ਸਮਝਣ ਦਾ ਇੱਕ ਹੋਰ ਤੰਗ ਇੱਥੇ ਸਿੱਖੋ ਐਂਡ ਇਟ ਇਜ਼ ਅ ਲੌਜੀਕ ਆਫ ਦਾ এডੂਕੇਸ਼ਨ ਟੂ ਬਈ ਜਿੰਨੇ ਸਵਾਲ ਕਰੋਗੇ ਨਾ ਉਹਨੇ ਜਵਾਬ ਮਿਲਣਗੇ ਜਿੰਨੇ ਜਵਾਬ ਮਿਲਣਗੇ ਉਹਨਾ ਮੇਰਾ ਗਿਆਨ ਮੇਰੇ ਨਾਲ ਹੀ ਵਧੀ ਹੋਵੇਗਾ ਹੁਣ ਇੱਥੇ ਸਵਾਲ ਹੈ ਇੱਕ ਆਇਆ ਹੈ ਪੰਡਾਰ ਖਜ਼ਾਨਾ ਹੁਣ ਖਜ਼ਾਨਾ ਇੱਥੇ ਕਿਨੂੰ ਕਿਹਾ ਜਾ ਰਿਹਾ ਆਮ ਦੁਨੀਆਂ ਦੇ ਵਿੱਚ ਹੀਰੇ, ਜੋਰਾ, ਪੈਸਾ, ਮਨੀ ਇਹਨੂੰ ਖਜ਼ਾਨਾ ਕਿਹਾ ਜਾਂਦਾ ਹੈ। ਪਰ ਇੱਥੇ ਸਤਿਗੁਰੂ ਜੀ ਖਜ਼ਾਨਾ ਫਿਰ ਮੈਂ ਨੋਟ ਦਿੱਤਾ ਹੈ ਕਿਹੜਾ ਖਜ਼ਾਨਾ ਹੈ? ਕਿੱਥੋਂ ਮਿਲਦਾ ਹੈ? ਕਿੱਥੇ ਹੈ? ਕਿਵੇਂ ਮਿਲਦਾ ਹੈ? ਕਦੋਂ ਮਿਲਦਾ ਹੈ? ਕਿਹਦੇ ਰਾਹੀਂ ਮਿਲਦਾ ਹੈ? ਇਹ ਦੇਖੋ ਕਿੰਨੇ ਸਵਾਲ ਮੈਂ ਕੀਤੇ। ਔਰ ਮੇਰੇ ਸਤਿਗੁਰੂ ਦੀ ਬੜੀ ਆਈ ਹਾਂ ਮੈਂ ਸਵਾਲ ਕਰਦਾ ਹਾਂ ਮੈਨੂੰ ਉਹਦੀ ਸਮਝ ਆਈ ਜਾ ਰਹੀ ਹੈ ਮੈਨੂੰ ਉਹਦੇ ਜਵਾਬ ਮਿਲਣਗੇ ਤਾਂ ਇੱਥੇ ਅਸੀਂ ਹੁਣ ਸਮਝਾਂਗੇ ਕਿ ਉਸ ਪਰਮੇਸ਼ਰ ਦੇ ਭੰਡਾਰ ਖਜ਼ਾਨੇ ਬਹੁਤ ਹਨ ਜਿੰਨਾ ਕੋਈ ਲੈ ਸਕਦਾ ਹੈ ਲੈ ਲਵੇ ਉਸ ਖਜ਼ਾਨੇ ਵਿੱਚ ਕਮੀ ਨਹੀਂ ਹੁੰਦੀ ਹੈ ਤੇ ਪਰਮੇਸ਼ਰ ਉਹਦਾ ਅੰਤ ਨਹੀਂ ਹੈ ਉਦੇ ਖਜ਼ਾਨਿਆਂ ਦਾ ਵੀ ਅੰਤ ਨਹੀਂ ਹੈ ਉਹਦਾ ਪਾਰਲਾ ਬੰਨਾ ਵੀ ਨਹੀਂ ਹੈ ਪਾਉ ਉਹ ਰਾਤ ਪਾਰ ਵੀ ਨਹੀਂ ਪਤਾ ਹੈ ਪਾਉ ਕਿੰਨਾ ਵੱਡਾ ਹੈ ਉਹ ਵੀ ਨਹੀਂ ਜਾਣਦੇ ਹਾਂ ਤਾਂ ਇਹ ਹੁਣ ਸਾਰੀਆਂ ਗੱਲਾਂ ਧਿਆਨ ਵਿੱਚ ਰੱਖਾਂਗੇ ਇਹ ਆਓ ਬਾਕੀ ਸ਼ਬਦ ਸਮਝਦੇ ਹਾਂ RAM KALI ਮਹਿਲਾ ਪੰਜਵਾ ਇਹ ਸ਼ਬਦ RAM KALI ਰਾਗ ਦੇ ਅੰਦਰ ਹੈ ਮਹਲਾ 5ਵਾਂ 15ਵੇਂ ਨਾਨਕ ਦੀ ਜੋਤ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ ਪਹਿਲਾ ਪਦਾ ਹੈ ਪਹਿਲਾ ਸਟੈਂਜਾ ਹੈ ਰਤਨ ਜਵੇ ਹਰਨਾ ਸਤ ਸੰਤੋਖ ਗਿਆ ਹੁਣ ਦੇਖੋ ਪੰਡਾਰੇ ਦੀ ਸਮਝ ਆ ਰਹੀ ਹੈ ਕਿਹੜੇ ਖਜ਼ਾਨੇ ਦੀ ਗੱਲ ਸਤਿਗੁਰੂ ਕਹਿ ਰਹੇ ਨੇ ਰਤਨ ਜਵੇਹਰ ਰਤਨ ਜਵੇਹਰ ਡਾਇਮੰਡ ਲਾਲ ਆ ਮਟੀਰੀਅਲ ਲੋਹਾ ਹੁੰਦਾ ਹੈ ਉਸ ਤੋਂ ਮਹਿੰਗਾ ਪਿੱਤਲ ਬਰਾਸ ਵਗੈਰਾ ਹੁੰਦਾ ਹੈ ਉਸ ਤੋਂ ਮਹਿੰਗਾ ਚਾਂਦੀ ਹੁੰਦੀ ਹੈ ਉਸ ਤੋਂ ਮਹਿੰਗਾ ਸੋਨਾ ਹੁੰਦਾ ਹੈ ਤੇ سونے ਤੋਂ ਮਹਿੰਗਾ ਹੀਰੇ ਜਵਰਾਤ ਡਾਇਮੰਡ ਜਿਹੜੇ ਹਨ ਗਿਣੇ ਜਾਂਦੇ ਹਨ ਤੇ ਉਹਨਾਂ ਡਾਇਮੰਡ ਹੀਰਿਆਂ ਦੇ ਅੰਦਰ ਵੀ ਖਾਸ ਕਰ ਜਿਹੜੇ ਕੁਝ ਹੀਰੇ ਹੁੰਦੇ ਹਨ ਉਹ ਬਹੁਤ ਕੀਮਤੀ ਹੁੰਦੇ ਹਨ ਜਿਨ੍ਹਾਂ ਨੂੰ ਲਾਲ ਵੀ ਕਿਹਾ ਜਾਂਦਾ ਹੈ ਰਤਨ ਜਵੇਹਰ ਇਹ ਹੀਰਿਆਂ ਦੇ ਨਾਮ ਹਨ ਬਹੁਤ ਕੀਮਤੀ ਹੁੰਦੇ ਨੇ ਹੁਣ ਇਹ ਜਵੇਹਰ ਡਾਇਮੰਡ ਕਿਹੜੇ ਹਾਂ ਕਿਹੜਾ ਹੈ ਨਾਮ ਦੇਖੋ ਜੀ ਇੱਕ ਇੱਕ ਅੱਖਰ ਧਿਆਨ ਨਾਲ ਪੜਾਂਗੇ ਤਾਂ ਸਮਝ ਆਵੇਗਾ ਵੀ ਇਹ ਰਤਨ ਜਵੇਹਰ ਜਾ ਜਿਹੜਾ ਭੰਡਾਰ ਪੜਿਆ ਸੀ ਖਜ਼ਾਨੇ ਦਾ ਉਹ ਕਿਹੜੇ ਖਜ਼ਾਨੇ ਦੀ ਗੱਲ ਹੋ ਰਹੀ ਆ ਨਾਮ ਦੀ ਗੱਲ ਹੋ ਰਹੀ ਹੈ ਹੁਣ ਇੱਥੇ ਵੀ ਬੜਾ ਵੱਡਾ ਭਲੇਖਾ ਹੈ ਜਿੱਥੇ ਨਾਮ ਦੀ ਗੱਲ ਆਉਂਦੀ ਹੈ ਉੱਥੇ ਅਸੀਂ ਜਿਹੜਾ ਹੈ ਤਰ੍ਹਾਂ ਦੇ ਕਈ ਤਰ੍ਹਾਂ ਦੇ ਹੋ ਜਿਹੜਾ ਹੈ ਮਤਲਬ ਪਖੰਡ ਕਰਦੇ ਹਾਂ ਉਹ ਦੇਖੋ ਸਤ ਕਰੋ ਜੀ ਇੱਕ ਇੱਕ ਗੱਲ ਨਾਲ ਨਾਲ ਸੰਘਾਰੇ ਰਹੇ ਜਿੱਤੇ ਆਂਦਾਲ ਪਾਟ ਕਰੋਗੇ ਹੁਣ ਇੱਕ ਗੱਲ ਸਮਝ ਆ ਗਈ ਵੀ ਪਰਮੇਸ਼ਰ ਦਾ ਪੰਡਾਰ ਕਿਸ ਚੀਜ਼ ਦਾ ਹੈ ਨਾਮ ਇੱਕ ਮਿੰਟ ਬੇਟਾ ਹੋਲਡ ਕਰ ਮੈਂ ਇੱਕ ਬੇਟੇ ਦਾ ਆਇਆ ਹੈ ਸਤ ਸੰਤੋਖ ਗਿਆਨ ਤੇਨ ਚੀਜ਼ਾਂ ਨੇ ਯਕੀਨ ਇਹ ਪਰਮੇਸ਼ਰ ਦੇ ਗੁਣ ਹੈ ਕਿ ਸਤ ਸੰਤੋਖ ਗਿਆਨ ਪਰਮੇਸ਼ਰ ਗਿਆਨ ਦਾ ਵੀ ਖਜ਼ਾਨਾ ਹੈ ਸੱਚ ਦਾ ਵੀ ਖਜ਼ਾਨਾ ਹੈ ਸੰਤੋਖ ਦਾ ਵੀ ਖਜ਼ਾਨਾ ਹੈ ਪਾਓ ਇਹ ਤਿੰਨੋਂ ਗੁਣ ਪਰਮੇਸ਼ਰ ਦੇ ਹਨ ਤਾਂ ਹੁਣ ਸਮਝ ਆਈ ਇੱਕ ਤਾਂ ਪਰਮੇਸ਼ਰ ਦੇ ਗੁਣ ਜਿਹੜੇ ਹਨ ਉਹ ਪਰਮੇਸ਼ਰ ਦਾ ਨਾਮ ਹੈ ਨਾਮ ਗੁਣ ਜਿਹਨੂੰ ਅਸੀਂ ਕਹਿੰਦੇ ਨੇ ਤਾਂ ਗੁਨਾ ਨੂੰ ਤਾਨ ਕਰਨਾ ਗੁਨਾ ਨੂੰ ਜੀਵਨ ਵਿੱਚ ਲੈ ਕੇ ਆਉਣਾ ਭਾਉ ਮੈਂ ਨਾਮ ਜਪ ਰਿਹਾ ਹਾਂ ਨਾਮ ਸਿਮਰਨ ਕਰ ਰਿਹਾ ਹਾਂ ਹੋਰ ਦੇਖੋ ਸੂਹ ਸਹਜ ਦਇਆ ਕਾ ਪੋਤਾ ਸਹਜ ਦੀ ਉਸ ਪਰਮੇਸ਼ਰ ਦਾ ਗੁਣ ਹੈ ਦਇਆ ਵੀ ਉਸ ਪਰਮੇਸ਼ਰ ਦਾ ਗੁਣ ਹੈ ਚੋਕ ਸਹਜ ਦਇਆ ਕਾ ਪੋਤਾ ਹੋਤਾ ਬੰਦੇ ਇਹ ਨਹੀਂ ਬੋਲਣਾ ਹੈ ਹੁਣ ਮਿਊਟ ਕਰ ਲਓ ਪੋਤਾ ਇੱਥੇ ਜਿਹੜਾ ਆਇਆ ਹੈ ਉਹ ਹੈ ਖਜ਼ਾਨੇ ਵਾਸਤੇ ਆਇਆ ਪੋਤਾ ਹੈ ਪਰ ਪੋਤਾ ਦਾ ਇੱਕ मीनिंग ਹੋਰ ਹੈ ਉਹ ਆਪ ਵੀ ਨਾ ਮੈਂ ਬਾਤ ਵਿੱਚ ਸ਼ੇਅਰ ਕਰਾਂਗਾ ਹੁਣ ਗੁਣ ਸਮਝ ਆਏ ਨਾਮ ਸਮਝ ਆਇਆ ਪੰਡਾਰਾ ਖਜ਼ਾਨਾ ਪਤਾ ਲੱਗ ਗਿਆ ਵੀ ਪਰਮੇਸ਼ਰ ਦੇ ਗੁਣ ਜਿਹੜੇ ਹਨ ਉਹ ਉਹਦਾ ਖਜ਼ਾਨਾ ਹੈ ਉਹਦਾ ਨਾਮ ਗੁਣ ਹੈ ਹਰ ਭਗਤਾ ਹਵਾਲਾ ਉਤਾਰ ਹਵਾਲੇ ਵਿੱਚ ਉਹਦੇ ਕੋਲ ਹੈ ਕਿਹਦੇ ਕੋਲ ਹੈ ਹਰੀ ਦੇ ਭਗਤਾ ਕੋਲ ਇਹ ਨਾਮ ਤਨ ਹੁੰਦਾ ਹੈ ਹਰੀ ਦੇ ਭਗਤਾ ਦੇ پاس ਉਹਨਾਂ ਦੇ ਮਨ ਵਿੱਚ ਇਹਦਾ ਟਿਕਾਣਾ ਹੈ ਇਹਨੂੰ ਸੁਖਮਨੀ ਸਾਹਿਬ ਦਾ ਉਹਦਾ ਜਿਹੜਾ ਸੈਂਟਰਲ ਆਈਡੀਆ ਉਹ ਇੱਕ ਵਾਰ ਰਿਵਾਈਜ਼ ਕਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਾ ਮਨ ਮਿਸਰਾਮ ਪੰਤਾਂ ਦੇ ਮਨ ਵਿੱਚ ਹੈ ਤੇ ਜਿਨ੍ਹਾਂ ਕੋਲ ਹੁੰਦਾ ਹੈ ਉਹ ਹੀ ਦੇ ਸਕਦੇ ਨੇ ਜਿਹੜੇ ਇਹ ਗੁਣ ਲੈ ਲੈਂਦੇ ਨੇ ਉਹ ਕਿਸੇ ਨੂੰ ਹੋਰ ਨੂੰ ਵੀ ਦੇ ਸਕਦੇ ਨੇ ਗੁਰੂ ਕਲ ਸਮਰੱਥਾ ਹੈ ਗੁਰੂ ਸਾਰਿਆਂ ਨੂੰ ਦਿੰਦਾ ਹੈ ਪਰਮੇਸ਼ਰ ਕਟੇਬਲ ਹੈ ਉਹ ਸਾਰਿਆਂ ਨੂੰ ਗੁਣ ਦਿੰਦਾ ਹੈ ਨਾਮ ਗੁਣ ਜਤਿ ਸਬਦ ਰੋਜ਼ ਪਰਦੇ ਹਾਂ ਨਾਨਕ ਨਿਰਗੁਣ ਗੁਣ ਕਰੇ ਗੁਣ ਮੰਤੇ ਆ ਗੁਣ ਦੇ ਹਰ ਭਗਤਾ ਹਵਾਲਾ ਹੋਤਾ ਹੁਣ ਖਜ਼ਾਨਾ ਕਿਹੜਾ ਹੈ ਇਹ ਵੀ ਸਮਝ ਆ ਗਿਆ ਕਿੱਥੇ ਹੈ ਭਗਤਾ ਕੋਲ ਹੈ ਗੁਰੂ ਕੋਲ ਹੈ ਤੇ ਪਰਮੇਸ਼ਰ ਕੋਲ ਹੈ ਇਹ ਵੀ ਸਮਝ ਆ ਗਿਆ ਕਿਵੇਂ ਮਿਲਦਾ ਹੈ ਕਦੋਂ ਮਿਲਦਾ ਹੈ ਕਿਹਦੇ ਰਾਹੀ ਮਿਲਦਾ ਹੈ ਗੁਰੂ ਦੇ ਰਾਹੀ ਮਿਲੇਗਾ ਪਰਮੇਸ਼ਰ ਦੇ ਰਾਹੀ ਮਿਲੇਗਾ ਭਗਤਾਂ ਦੀ ਸੰਗਤ ਦੇ ਵਿੱਚ ਮਿਲੇਗਾ ਫਿਰ 라ਉ ਦਾ ਬੰਦ ਪਰ ਕੇ ਅੱਗੇ ਚੱਲਦੇ ਹਾਂ ਮੇਰੇ ਰਾਮ ਕੋ ਭੰਡਾ ਖਰ ਖਰ ਕ ਤੋਟ ਨਾ ਆਵ ਅੰਤ ਨਹੀਂ ਹਰ ਪਾਰਾ ਵਾ ਅਗਲੇ ਪੰਤੇ ਅੰਦਰ ਸਤ ਕਰੋ ਜੀ ਸੰਧਾਰੇ ਹਨ ਸ਼ਬਦ ਦਾ ਦੂਸਰਾ ਬੰਦ ਹੈ ਨਰਾਵ ਦਾ ਬੰਦ ਇਸ ਕਰਕੇ ਨਾਲ ਨਾਲ ਸਲਾਈਡ ਤੇ ਲਿਖਤਾ ਕਿਰਤੰਦ ਮੋਲਕ ਹੀਰਾ ਆਨੰਦ ਗੁਣੀ ਗਹੀਰਾ ਕੀਰਤਨ ਉਹ ਕੀਰਤਨ ਸ਼ਬਦ ਕੀਰਤ ਤੋਂ ਬਣਿਆ ਹੈ ਕੀਰਤ ਵੱਡੀ ਆਇ ਕਰਨੀ ਸਥਲਾ ਕਰਨੀ ਪਰਮੇਸ਼ਰ ਦੀ ਤੇ ਕੀਰਤਨ ਜਦੋਂ ਅਸੀਂ 뮤జిక్ ਤੇ ਰਾਹੀ ਰਾਗ ਦੇ ਰਾਹੀ ਗਾਉਂਦੇ ਹਾਂ ਪਰਮੇਸ਼ਰ ਦੀ ਬਾਣੀ ਉਹਨੂੰ ਕੀਰਤਨ ਆਖਦੇ ਹਾਂ ਲੇਕਿਨ ਇਹਦਾ ਕੀਰਤਨ ਕੀ ਹੈ ਪਾਓ ਸਥਲਾ ਕੀ ਹੈ ਨਿਰਮੋਲਕ ਹੀਰਾ ਮੋਲਕ ਮੀਨਸ ਮੋਲ ਵੈਲਿਊ ਪ੍ਰਾਈਸ ਨਿਰਮੋਲਕ ਅਮੁੱਲ ਹੈ ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਹੈ ਉਹ ਇੱਕ ਐਸਾ ਹੀਰਾ ਹੈ ਐਸਾ ਡਾਇਮੰਡ ਹੈ ਪਰਮੇਸ਼ਰ ਦਾ ਗੁਣ ਉਹਦੀ ਸਿਫਤਲਾ ਉਹਦੀ ਵਡਿਆਈ ਕਿ ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ ਹੈ ਆਨੰਦ ਗੁਣੀ ਕਹੀਰਾ ਹੁਣ ਇਹ ਗੱਲ ਹੋਰ ਸਮਝ ਆਈ ਕਿ ਪਰਮੇਸ਼ਰ ਦਾ ਨਾਮ ਗੁਣ ਜਿਹੜਾ ਖਜ਼ਾਨਾ ਹੈ ਉਮਰ ਪੈਸੇ ਦੇ ਕੇ ਖਰੀਦ ਨਹੀਂ ਸਕਦਾ ਹਾਂ ਉਹਨੂੰ ਕਿਸੇ ਤੰਗ ਨਾਲ ਮੈਂ ਐਕਸਚੇਂਜ ਤਾਂ ਕਰ ਸਕਦਾ ਹਾਂ ਲੈ ਸਕਦਾ ਹਾਂ ਪਰ ਉਹਦਾ ਮੁੱਲ ਦੇ ਕੇ ਨਹੀਂ ਲੈ ਸਕਦਾ ਜਿਵੇਂ ਅਸੀਂ ਦੁਨੀਆ ਦੇ ਅੰਦਰ ਚੀਜ਼ਾਂ ਖਰੀਦਦੇ ਹਾਂ ਪੈਸੇ ਦਿੰਦੇ ਹਾਂ ਪ੍ਰਾਪਰਟੀ ਕਾਰ ਖਰੀਦ ਲੈਣੇ ਹ ਸੋਨਾ ਗਹਿਣਾ ਹੀਰੇ ਖਰੀਦ ਲੈਣੇ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ ਹੈ आनंद गुणी हीरा ਜਿਹਦਾ ਕਹਿੰਦੇ ਨੇ ਡੂੰਗਾ ਆਨੰਦ ਖੁਸ਼ੀ ਖੇੜਾ ਜੋ ਹੈ ਹੁਣ ਜਿਨ੍ਹਾਂ ਭਗਤਾਂ ਦੇ ਪਾਸ ਇਹ ਨਿਰਮੋਲਕ ਹੀਰਾ ਹੈ ਸੁਖਾਂ ਦੀ ਮਣੀ ਹੈ ਉਹ ਹਮੇਸ਼ਾ ਖੇੜੇ ਵਿੱਚ ਰਹਿੰਦੇ ਹਨ ਆਨੰਦ ਵਿੱਚ ਰਹਿੰਦੇ ਹਨ ਤੇ ਇਹ ਗੁਣ ਜਿਹੜੇ ਹਨ ਬਹੁਤ ਡੂੰਗੇ ਹਨ ਬਹੁਤ ਸਾਰੇ ਹਨ ਬਹੁਤ ਕੁਆਂਟੀਟੀ ਵਿੱਚ ਹਨ ਅਨਹਦ ਬਾਣੀ ਪੂੰਜੀ ਪੂੰਜੀ ਕਹਿੰਦੇ ਨੇ ਕੈਪੀਟਲ ਰਾਸ ਅਨਹ ਕਹਿੰਦੇ ਨੇ ਅਨਹਦ ਬਿਨਾ ਬਜਾਏ ਵੱਜਣ ਵਾਲੇ ਇੱਕ ਰਾਸ ਇੱਕ ਸਾਰ ਬਾਣੀ ਰੌ ਜਿਹੜੀ ਮੇਰੇ ਜੀਵਨ ਦੇ ਅੰਦਰ ਸਵਾਸਾਂ ਦੀ ਰੌ ਚੱਲਦੀ ਹੈ ਜੀਵਨ ਦੀ ਰੌਣਕ ਚੱਲ ਰਹੀ ਹੈ ਇਹ ਮੇਰੀ ਪੂੰਜੀ ਹੈ ਮੇਰੀ ਕੈਪੀਟਲ ਹੈ ਪਾਉ ਇਹ ਜਿਹੜੇ ਸਵਾਸ ਹਨ ਮੇਰਾ ਜੀਵਨ ਹੈ ਇਹ ਇੱਕ ਗਿਰਿਆ ਮਿੱਥਿਆ ਲਿੰਟਡ ਮਿਲ ਰਿਆ ਔਰ ਲਗਾਤਾਰ ਚੱਲ ਰਿਹਾ ਤੇ ਜਿੰਨੇ ਸਵਾਸ ਲੈ ਰਹੇ ਹਾਂ ਉਹ ਘਟਦੇ ਜਾ ਰਹੇ ਹਾਂ ਤਾਂ ਸਤ ਕਰੋ ਇੱਥੇ ਅਵੇਅਰ ਕਰਦੇ ਨੇ ਵੀ ਇਹ ਨਾਮ ਖਜ਼ਾਨਾ ਗੁਣ ਜੋ ਹੈ ਇਨੂੰ ਪ੍ਰਾਪਤ ਕਰਨ ਲੱਗਿਆ ਬੇਰ ਨਾ ਕਰ ਇਹ ਸਮਾਂ ਵਾਪਸ ਨਹੀਂ ਆਉਂਦਾ ਹੈ ਕਰਦਾ ਜਾ ਰਿਹਾ ਹੈ ਸੰਪਮ ਹੱਥ ਰੱਖੀ ਕੁੰਜੀ ਹੁਣ ਇਹ ਚਾਬੀ ਕਿਹਦੇ ਕੋਲ ਹੈ ਸੰਤਨ ਭਗਤ ਜਨਾ ਦੇ ਮਨ ਵਿੱਚ ਹੈ ਗੁਰੂ ਦੇ ਕੋਲ ਹੈ ਪਰਮੇਸ਼ਰ ਦਾ ਨਾਮ ਜਪਣ ਵਾਲਿਆ अगले पदे अंदर तीसरा पदा है सुन समाज गुफा तै आतन केवल ब्रह्म पूर्ण तै बातन सुन अवस्था जड़ी है सुन कहते बिल्कुल खाली फुरन तो मेरा मन सुन अवस्था नहीं जाता ਇਹਦੇ ਮੇਰੇ ਮਨ ਦੇ ਅੰਦਰ ਫੁਰਨੇ ਵਲਵਲੇ ਡਿਜ਼ਾਇਰ ਚੱਲ ਰਹੀਆਂ ਰਹਿੰਦੀਆਂ ਨੇ ਤੇ ਇਹਨੂੰ ਕਹਿੰਦੇ ਆ ਨਾ ਮੇਰਾ ਮਨ ਟਿਕਦਾ ਨਹੀਂ ਹੈ ਕਿਉਂਕਿ ਫੁਰਨਿਆਂ ਦੇ ਮਗਰ ਦੌੜਦਾ ਹੈ ਵਲਵਲਿਆਂ ਦੇ ਮਗਰ ਦੌੜਦਾ ਹੈ ਟਿਕਦਾ ਨਹੀਂ ਹੈ ਤੇ ਜਿੱਥੇ ਇਹ ਫੁਰਨੇ ਖਤਮ ਹੋ ਜਾਣ ਡਿਜ਼ਾਇਰ ਖਤਮ ਹੋ ਜਾਣ ਉਹਨੂੰ ਸੋਨਾ ਵਕਤਾ ਕਿਹਾ ਗਿਆ ਹੈ ਇਹ ਮਨ ਦੇ ਟਿਕਾ ਦਾ ਇੱਕ ਬਹੁਤ ਵੱਡਾ ਸਟੇਟਸ ਹੈ ਸਮਾਦ ਸਮਾਧੀਆਂ ਲਾਉਣੀਆਂ ਸਰੀਰ ਦੀ ਸਮਾਧੀ ਲਾਉਣੀ ਪਰ ਮਨ ਦੀ ਸਮਾਧੀ ਲਾਉਣੀ ਹੈ ਮਨ ਦਾ ਟਿਕਾਵੇ ਹੋਣਾ ਚਾਹੀਦਾ ਗੁਫਾ ਤੇ ਆਸਨ ਹੁਣ ਇੱਥੇ ਉਸ ਪਰਮੇਸ਼ਰ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਹ ਸੁਨ ਅਵਸਥਾ ਵਿੱਚ ਹੈ ਉਹਨੂੰ ਕੋਈ ਡਿਜ਼ਾਇਰ ਨਹੀਂ ਹੈ ਤੇ ਇਹ ਉਹਦਾ ਗੁਣ ਹੈ ਇਹ ਅਸੀਂ ਅਡਾਪਟ ਕਰਨਾ ਹੈ ਅਸੀਂ ਇਸਵਨ ਅਵਸਥਾ ਪ੍ਰਾਪਤ ਕਰਨੀ ਹੈ ਅਸੀਂ ਦੀ ਮਨ ਦੀ ਸਮਾਦ ਲਾਉਣੀ ਹੈ ਅਸੀਂ ਸਰੀਰ ਦੀ ਸਮਾਦ ਲਾਉਂਦੇ ਹਾਂ ਚੌਕੜਾ ਮਾਰ ਕੇ ਬਹਿਣਾ ਜਿੰਨੂੰ ਕਹਿੰਦੇ ਨੇ ਜਦ ਪੌੜਿਆਂ ਵਿੱਚ ਬਹਿ ਜਾਂਦੇ ਹਾਂ ਪਰ ਇਸ ਤਰ੍ਹਾਂ ਮਨ ਨਹੀਂ ਟਿਕਦਾ ਤੁਸੀਂ ਚੌਕੜੀ ਲਾ ਕੇ ਬੈਠੋ ਅੱਖਾਂ ਬੰਦ ਕਰਕੇ ਬੈਠੋ ਬਾਣੀ ਵੀ ਪਾਉਂਦੇ ਕੀਰਤਨ ਸੁਣ ਰਹੇ ਹੋ ਗੁਰਦੁਆਰੇ ਬੈਠ ਕੇ ਪਰ ਮਨ ਬਾਹਰ ਭੱਜ ਜਾਵੇਗਾ ਕੀ ਕਰੋਗੇ ਕਿਉਂਕਿ ਮਨੁਫਰਨਿਆ ਵਿੱਚ ਟਿਕਾਣਾ ਮਨ ਨੂੰ ਸੀ ਅਸੀਂ ਸਰੀਰ ਨੂੰ ਟਿਕਾਈ ਜਾ ਰਹੇ ਹਾਂ ਕੇਵਲ ਬ੍ਰਹਮ ਪੁਰੰਤ ਬਾਸਨ ਬਾਸਨ ਕਹਿੰਦੇ ਨੇ ਟਿਕਾਣਾ ਹੁਣ ਇਹ ਜਿਹੜੀ ਅਵਸਥਾ ਹੈ ਸੁਨਣ ਵਾਲੀ ਬਿਨਾ ਡਿਜ਼ਾਇਰ ਫੁਰਨਿਆ ਵਾਲੀ ਇਹ ਪਰਮੇਸ਼ਰ ਦੀ ਅਵਸਥਾ ਹੈ ਤੇ ਅਸੀਂ ਇਸ ਨੂੰ ਪ੍ਰਾਪਤ ਕਰਨਾ ਹੈ ਤੇ ਜੇ ਮੈਂ ਇਸ ਅਵਸਥਾ ਵਿੱਚ ਹਾਂ ਤਾਂ ਪਰਮੇਸ਼ਰ ਵੀ ਉੱਥੇ ਮੈਨੂੰ ਨਜ਼ਰ ਆਵੇਗਾ ਯਾਦ ਰੱਖਣਾ ਜਿੰਨਾ ਮਨ ਟਿਕੇਗਾ ਉਹਨਾ ਪਰਮੇਸ਼ਰ ਦੇ ਨੇੜੇ ਹੋਵੇਗਾ ਭਗਤ ਸੰਗ ਤ੍ਰਬ ਗੋਸ਼ਟ ਕਰ ਹੁਣ ਇਹ ਅਵਸਥਾ ਬਣੀ ਹੈ ਮੇਰਾ ਮਨ ਹਲ ਕਰਨਾ ਮੇਰਾ ਮਨ ਮੇਰੇ ਅੰਦਰ ਹੈ ਰਾਈਟ ਆਪਣੇ ਘਰ ਆ ਗਿਆ ਹੈ ਨਿਜ ਘਰ ਵਿੱਚ ਆ ਗਿਆ ਹੈ ਹੁਣ ਫੁਰਨੇ ਨਹੀਂ ਦੇ ਜਾਏ ਨਹੀਂ ਹਨ ਟਿਕਾ ਵਿੱਚ ਹੈ ਤੇ ਹੁਣ ਪਰਮੇਸ਼ਰ ਦੇ ਅੰਦਰ ਹੈ ਤਾਂ ਹੁਣ ਦੋਨੇ ਬੈਠ ਕੇ ਗੋਸ਼ਟੀ ਕਰਦੇ ਨੇ ਗੱਲਾਂ ਕਰਦੇ ਨੇ ਕਿਉਂਕਿ ਦੋਨਾਂ ਦਾ ਤੁਰਾ ਇੱਕ ਬਣ ਗਿਆ ਜੋਤੀ ਜੋਤ ਰਲੀ ਇਹ ਦੋਨੋਂ ਇੱਕ ਵਿੱਚ ਹੋ ਰਹੇ ਹਨ ਭਗਤ ਸੰਗ ਰਬ ਗੋਸ਼ਟ ਕਰਤ ਪ੍ਰੋਫੈਸਰ ਸਾਦ ਸਿੰਘ ਜੀ ਨੇ ਗੋਸ਼ ਦਾ ਅੱਥੇ ਮਿਲਾਬ ਲਿਖਿਆ ਹੈ ਜਦੋਂ ਗੱਲਾਂ ਕਰ ਰਹੇ ਆ ਤਾਂ ਇੱਕ ਦੂਜੇ ਨਾਲ ਮਿਲੇ ਹੋਏ ਆ ਪਾਸ ਹੋ ਉਸ ਕਰਕੇ ਮਿਲੇ ਹੋਏ ਆ ਧਿਆਨ ਕਰਕੇ ਮਿਲੇ ਹੋਏ ਆ ਪ੍ਰਭ ਪਗਤ ਸੰਗ ਪ੍ਰਭ ਗੋਸ਼ ਕਰਤ ਹੁਣ ਪਰਮੇਸ਼ਰ ਵੀ ਮੇਰੇ ਨਾਲ ਗੱਲਾਂ ਕਰਦਾ ਹੈ ਕਿਉਂਕਿ ਮੈਂ ਉਹਨੂੰ ਦੇਖ ਲਿਆ ਹੈ ਮਨ ਦੀਆਂ ਅੱਖਾਂ ਦੇ ਨਾਲ ਤੈ ਹਰਕ ਨਾ ਸੋਗ ਨਾ ਜਨਮ ਨਾ ਮਰਤ ਹੁਣ ਇਹ ਅਵਸਥਾ ਵਿੱਚ ਜਿੱਥੇ ਮਨ ਮਤ ਬੁੱਧ ਦੀ ਘਾੜਤ ਕਰੀ ਜਾ ਚੁੱਕੀ ਆ ਤਿੱਥੇ ਘੜੀਆ ਸਤ ਮਤ ਮਨ ਬੁੱਧ ਤੈ ਇਸ ਅਵਸਥਾ ਦੇ ਵਿੱਚ ਹਰਕ ਕਹਿੰਦੇ ਨੇ ਖੁਸ਼ੀ ਸੋਗ ਕਹਿੰਦੇ ਨੇ ਉਦਾਸ ਦੁਖੀ ਹੋਣਾ ਹੁਣ ਇਹ ਦੋਨੋਂ ਅਵਸਥਾਵਾਂ ਤੋਂ ਉਹ ਮਨ ਉੱਪਰ ਉੱਠ ਗਿਆ ਹੈ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਤੁਖ ਸੁਨੇ ਅਰ ਪੈ ਨਹੀਂ ਜਾਕ ਕੰਚਨ ਮਾਟੀ ਮਾਨੈ ਇਹ ਅਵਸਥਾ ਬਣ ਗਈ ਹੈ ਸਚ ਖੰਡ ਦੀ ਅਵਸਥਾ ਵੀ ਕਿਹਾ ਗਿਆ ਤੈ ਹਰਕ ਨਸੋ ਨਾ ਜਨਮ ਨਾ ਮਰ ਹੁਣ ਇਤੇ ਸਰੀਰ ਦਾ ਜਨਮ ਮਰਨ ਦੀ ਗੱਲ ਨਹੀਂ ਹੋ ਰਹੀ ਇਹ ਮਨ ਦਾ ਜਨਮ ਮਰਨ ਹੈ ਮਨ ਕਦੇ ਬਾਹਰ ਪਾ ਜਾਂਦਾ ਕਦੇ ਅੰਦਰ ਆ ਜਾਂਦਾ ਕੁਝ ਮਿਲ ਜਾਵੇ ਬੜਾ ਖੁਸ਼ ਹੁੰਦਾ ਹੈ ਕੁਝ ਲਾਸ ਹੋ ਜਾਵੇ ਦੁਖੀ ਹੁੰਦਾ ਹੈ ਹੁਣ ਨਹੀਂ ਹੁੰਦਾ ਕਿਉਂਕਿ ਟਿਕਾਹ ਵਿੱਚ ਹੈ ਫੁਰਨਿਆਂ ਤੋਂ ਉੱਪਰ ਉੱਠ ਗਿਆ ਹੈ ਸੁਨ ਅਵਕਤਾ ਵਿੱਚ ਹੈ ਮਨ ਦਾ ਆਉਣਾ ਜਾਣਾ ਜਨਮ ਮਰਨ ਵੀ ਮੁੱਕ ਗਿਆ ਇਹ ਸਾਰਾ ਕਿਵੇਂ ਹੋ ਰਿਹਾ ਹੈ ਉਸ ਪਰਮੇਸ਼ਰ ਦਾ ਖਜ਼ਾਨਾ ਨਾਮ ਗੁਣ ਮੇਰੇ ਜੀਵਨ ਦਾ ਕਿਸਾਬ ਬਣ ਗਏ ਹਾਂ ਮੈਂ ਰੋਜ਼ ਰੋਜ਼ ਹੁਣ ਇਹ ਇੱਕ ਦਿਨ ਵਿੱਚ ਨਹੀਂ ਹੋ ਸਕਦਾ ਮੈਂ ਤਾਂ ਪ੍ਰੋਫੈਸਰ ਬਣਨ ਲਾਤੇ 15 ਤੋਂ 18 ਸਾਲ ਲੱਗਦੇ ਨੇ ਹਾਂ ਪਰ ਇੱਕ ਅਠਵੀਂ ਕਲਾਸ ਦਾ ਬੱਚਾ ਮੈਥ ਪੜ੍ਹ ਕੇ ਪਹਿਲੀ ਦੂਜੀ ਕਲਾਸ ਦੇ ਗ੍ਰੇਡ ਦੇ ਬੱਚਿਆਂ ਨੂੰ ਮੈਥ ਪੜਾ ਸਕਦਾ ਹੈ ਪਰ ਉਹ ਹਾਈ ਸਕੂਲ ਦੇ ਬੱਚਿਆਂ ਨੂੰ ਨਹੀਂ ਪੜਾ ਸਕਦਾ ਯਾਦ ਰੱਖਣਾ ਇਹ ਗੱਲ ਨਸੰਝਣ ਵਾਲੀਆਂ ਨੇ ਹੁਣ ਇਹ ਸਟੇਟਸ ਜਿਹੜਾ ਹੈ ਉਹ ਇੱਕ ਦਿਨ ਵਿੱਚ ਨਹੀਂ ਆਉਣਾ ਇੱਕ ਇੱਕ ਗੁਣ ਕਰਕੇ ਰੋਜ਼ ਬਾਣੀ ਦੇ ਰਾਂਗੇ ਗੁਰੂ ਦੇ ਰਾਂਗੇ ਸਮਝ ਕੇ ਅਡਾਪਟ ਕਰਨੇ ਪੈਣਗੇ ਪਰ ਬਾਣੀ ਨੂੰ ਅਸੀਂ ਇਸ ਲਹਿਜੇ ਨਾਲ ਪੜਦੇ ਨਹੀਂ ਅਖੰਡ ਪਾਠਾਂ ਦੇ ਅਖੰਡ ਪਾਠਾਂ ਦੇ ਪਾਠ ਸੁਖਮਨੀ ਸਾਹਿਬ ਦੇ ਪਾਠ ਫਲਾਣੇ ਪਾਠ 20-20 ਸਾਲ ਹੋ ਗਏ ਉਹਦੇ ਅਰਥ ਹੀ ਸਮਝ ਨਹੀਂ ਆਏ ਅੰਜਾਈ ਚਲਾ ਜਾਵੇਗਾ ਵੇਸਟ ਹੋ ਜਾਵੇਗਾ ਜੇ ਪੜ੍ਹ ਕੇ ਸਮਝਿਆ ਨਹੀਂ ਦੇ ਜੀਵਨ ਵਿੱਚ ਅਡਾਪਟ ਨਹੀਂ ਕੀਤਾ ਇਹ ਮੈਨੇ ਗੁਰੂ ਕਹ ਰਿਆ ਜੇ ਜਿਹੜੇ ਪਾਠਾਂ ਦਾ ਰਚਨ ਕਰਦੇ ਨੇ ਚੱਲ ਇਹ ਕਰਦੇ ਨੇ ਗੁਰੂ ਕਹਿੰਦਾ ਜੇ ਪਾਠ ਪੜ੍ਹ ਕੇ বুঝਿਆ ਨਹੀਂ ਨਾ ਉਹ ਪਰਮਲੇਖੇ ਵਿੱਚ ਸਮਾਂ ਅਜਾਇ ਗਵਾ ਰਿਆ ਤਤਕਦੋ ਇੱਕ ਤਾਂ ਕਹਿੰਦੇ ਨੇ ਸੋਤ ਉੱਤੇ ਪ੍ਰਮਾਣ ਮਿਲਦੇ ਹਨ ਬਾਣੀ ਅੰਦਰ ਮੈਂ ਇੱਕੋ ਹੀ ਆਪ ਨੂੰ ਨਾਲ ਸ਼ੇਅਰ ਕਰਦਾ ਪਾਠ ਪੜ੍ਹ ਨਾ বুঝਈ ਪੇਖੀ ਪਰਮ ਪੁਲਾਈ ਜਿਹੜਾ ਪਾਠ ਕਰਦਾ ਹੈ বুঝਦਾ ਨਹੀਂ ਸਮਝਦਾ ਨਹੀਂ ਅੰਡਰਸਟੈਂਡ ਨਹੀਂ ਕਰਦਾ ਪੇਖੀ ਡਰਾਮਾ ਕਰ ਰਿਹਾ ਹੈ ਪੇਖ ਕਰ ਰਿਹਾ ਹੈ ਪਰਮ ਡੁਅਲਿਟੀ ਵਿੱਚ ਹੈ ਲੈਕ ਆਫ ਨੋਲਜ ਵਿੱਚ ਹੈ ਤਾਂ ਇਸ ਤਰ੍ਹਾਂ ਦੇ ਨਾਲ ਬਾਣੀ ਨੂੰ ਧਿਆਨ ਨਾਲ ਪੜੋ ਸੁਧ ਪਾਠ ਕਰੋ ਸਮਝੋ ਤੇ ਜੀਵਨ ਦਾ ਹਿੱਸਾ ਬਣਾਓ ਤਾ ਇੱਕ ਖਜ਼ਾਨਾ ਮਿਲਣਾ ਹੈ ਸ਼ਬਦ ਦਾ ਚੌਥਾ ਤੇ ਅਖੀਲਾ ਬੰਦ ਹੈ ਮੇਰੇ RAM ਕੋ ਪੰਡਾਰ ਖਰਜ ਕਛ ਤੋਟ ਨਾ ਆਵੇ ਅੰਤ ਨਹੀਂ ਹਰ ਪਾਰਾ ਬਾਤ ਇਹ ਸਮਝਣ ਦਾ ਦਤਨ ਕਰ ਰਹੇ ਆ ਪਰਮੇਸ਼ਰ ਦਾ ਪੰਡਾਰਾ ਕਿਹੜਾ ਹੈ ਉਹਦੇ ਗੁਣ ਹਨ ਉਹ ਗੁਣ ਅਸੀਂ ਅਡਾਪਟ ਕਰਨੇ ਨੇ ਉਹ ਖਜ਼ਾਨਾ ਅਸੀਂ ਲੈ ਕੇ ਆਉਣਾ ਹੈ ਇਹ ਕੋਈ ਜਿੰਨਾ ਮਰਜੀ ਲੈ ਲਵੇ ਜਿੰਨਾ ਮਰਜੀ ਖर्च ਕਰ ਲਵੇ ਜਿੰਨਾ ਮਰਜੀ ਯੂਟਿਲਾਈਜ਼ ਕਰ ਲਵੇ ਇਹ ਘਟਦਾ ਨਹੀਂ ਹੈ ਕਮੀ ਨਹੀਂ ਆਉਂਦੀ ਹੈ ਅਖੀਲਾ ਪਤਾ ਹੈ ਕਰ ਕਿਰਪਾ ਥਿਸ ਆਪ ਦੇਵਾਇਆ ਹੁਣ ਇਹ ਕਿਹਦੇ ਰਾਹੀਂ ਮਿਲਦਾ ਹੈ ਕਿਵੇਂ ਮਿਲਦਾ ਹੈ ਇਹ ਖਜ਼ਾਨਾ ਕਰ ਕਿਰਪਾ ਪਰਮੇਸ਼ਰ ਆਪ ਕਿਰਪਾ ਕਰਕੇ ਆਪਣੀ ਬਖਸ਼ਿਸ਼ ਕਰਕੇ ਜਿਸ ਸੱਸੇ ਨੂੰ ਔਂਕੜ ਹੈ ਇੱਕ ਪਾਰਟਿਕੂਲਰ ਸਿੰਗੂਲਰ ਦੀ ਗੱਲ ਹੋ ਰਹੀ ਹੈ ਕਿਸੇ ਖਾਸ ਦੀ ਗੱਲ ਹੋ ਰਹੀ ਹੈ ਕਰ ਕਿਰਪਾ ਜਿਹਦੇ ਉੱਤੇ ਉਹ ਕਿਰਪਾ ਕਰਕੇ ਆਪ ਦੇ ਦਿੰਦਾ ਹੈ ਦਿਵਾਇਆ ਦਿਵਾਉਂਦਾ ਹੈ ਕਿਸੇ ਦੇ ਥਰੂ ਕਿਸੇ ਦੇ ਥਰੂ ਕਿਰਪਾ ਕਰਦਾ ਹੈ ਹੁਣ ਇਸੇ ਇੱਕ ਟ੍ਰਾਇੰਗਲ ਸਮਝ ਲਓ ਥਾਟ ਦਾ ਵਿਥ ਪਰਮੇਸ਼ਰ ਮੇਰੇ ਕਿਸੇ ਚੰਗੇ ਕਰਮ ਕਰਕੇ ਕਿਸੇ ਗੁੱਡ ਡੀਡ ਕਰਕੇ ਮੈਨੂੰ ਸੱਚੇ ਗੁਰੂ ਨਾਲ ਮਿਲਾ ਦਿੰਦਾ ਹੈ ਇਹ ਉਹਦੀ ਕਿਰਪਾ ਹੈ ਤੇ ਸੱਚਾ ਗੁਰੂ ਸਤਗੁਰੂ ਆਪਣੀ ਮਤ ਆਪਣਾ ਲੈਸਨ ਆਪਣੀ ਟੀਚਿੰਗ ਆਪਣੀ ਸਿੱਖਿਆ ਦੇ ਕੇ ਮੈਨੂੰ ਪਰਮੇਸ਼ਰ ਨਾਲ ਮਿਲਾ ਦਿੰਦਾ ਹੈ ਭਾ ਪਰਮੇਸ਼ਰ ਦੇ ਗੁਣਾਂ ਦੇ ਨਾਲ ਸਾਝ ਕਰਾ ਦਿੰਦਾ ਦਿਵਾਇਆ ਇੱਕ ਹੁੰਦਾ ਦੇਣਾ ਦਿਵਾਇਆ ਵੀ ਕਿਸੇ ਦੇ ਥਰੂ ਦੇਣਾ ਗੁਰੂ ਦੇ ਥਰੂ ਸਾਨੂੰ ਇਹ ਚੀਜ਼ ਮਿਲਦੀ ਆ ਪਾਦ ਸੰਗ ਤਿੰਨ ਹਰ ਧਨ ਪਾਇਆ ਜਿਨ੍ਹਾਂ ਨੂੰ ਹੁਣ ਗੁਰੂ ਮਿਲ ਗਿਆ ਹੈ ਤਿੰਨ ਉਹਨਾਂ ਦੀ ਗੱਲ ਹੋ ਰਹੀ ਹੈ ਨੈਨੂੰ ਸਾਧ ਸੰਗ ਗੁਰੂ ਦੀ ਸੰਗਤ ਦੇ ਵਿੱਚ ਕਿਉਂਕਿ ਕਿਰਪਾ ਕਰਕੇ ਪਰਮੇਸ਼ਰ ਨੇ ਇਹਨੂੰ ਸੱਚੇ ਗੁਰੂ ਨਾਲ ਮਿਲਾਇਆ ਤੇ ਸੱਚੇ ਗੁਰੂ ਦੀ ਸੰਗਤ ਦੇ ਰਾਹੀ ਸੰਗ ਗੱਗੇ ਨੂੰ ਸਿਆਰੀ ਹੈ ਗੁਰੂ ਦੀ ਸੰਗਤ ਦੇ ਰਾਹੀ ਉਹਨਾਂ ਨੇ ਇਹ ਹਰੀ ਧਨ ਹਰੀ ਦਾ ਖਜ਼ਾਨਾ ਨਾਮ ਗੁਣ ਪੰਡਾਰਾ ਪਾਇਆ ਪ੍ਰਾਪਤ ਕਰ ਲਿਆ ਦਿਆਲ ਪਰਖ ਨਾਨਕ ਅਰਦਾਸ ਅਖੀਲੇ ਪੰਗਤੀ ਅੰਦਰ ਨਾਨਕ ਦੀ ਆਖਦੇ ਨੇ ਮੇਰੀ ਅਰਦਾਸ ਹੈ हे दया ਦੇ ਘਰ ਕਿਰਪਾ ਦਿਆਲਤਾ ਦੇ ਘਰ ਪ੍ਰਭੂ ਪਰਮੇਸ਼ਰ ਜੀ ਹਰ ਮੇਰੀ ਵਰਤਨ ਹਰ ਮੇਰੀ ਦਾ ਵੀ ਹੁਣ ਐਸਾ ਜੀਵਨ ਬਣਾ ਦੇ ਜਿੱਥੇ ਤੂੰ ਗੁਰੂ ਨਾਲ ਮਿਲਾ ਕੇ ਗੁਰੂ ਦੀ ਸਿੱਖਿਆ ਰਾਹੀ ਤੂੰ ਆਪਣੇ ਨਾਲ ਜੁੜਿਆ ਹੈ ਆਪਣੇ ਗੁਣਾਂ ਖਜ਼ਾਨੇ ਦੇ ਨਾਲ ਜੁੜਿਆ ਹੈ ਇਹ ਹੁਣ ਕੱਟਦੇ ਨਹੀਂ ਕਮੀ ਨਹੀਂ ਆਉਂਦੀ ਹੈ ਇਹ ਹੁਣ ਮੇਰੀ ਵਰਤਨ ਬਣ ਗਏ ਨੇ ਹਰੰ ਮੇਰੀ ਵਰਤਨ ਹਰੀ ਪਰਮੇਸ਼ਰ ਦੇ ਜਿਹੜੇ ਗੁਣ ਹਨ ਵਰਤਨ ਕਹਿੰਦੇ ਨੇ ਹਰ ਵੇਲੇ ਵਰਤੀ ਜਾਣ ਵਾਲੀ ਹਰ ਵੇਲੇ ਯੂਟਿਲਾਈਜ਼ ਕਰਨ ਵਾਲੀ ਪਾਉ ਇਹ ਜੋ ਗੁਣ ਨੇ ਹਰੀ ਦੇ ਗੁਣ ਇਹਨਾਂ ਰੋਜ਼ ਯੂਟਲਾਈਜ਼ ਕਰਦਾ ਹਾਂ ਹਰ ਮੇਰੀ ਰਾਸ ਰਾਸ ਪੂੰਜੀ ਕੈਪੀਟਲ ਇਹ ਹੁਣ ਮੇਰੀ ਸੇਵਿੰਗ ਹੋ ਰਹੀ ਆ ਇਹ ਰਾਸ ਗੁਣਾ ਦੀ ਰਾਸ ਗੁਣਾ ਦਾ ਖਜ਼ਾਨਾ ਮੈਂ ਬਿੰਦ ਮਦਨ ਇਕੱਠਾ ਕਰ ਰਿਆ ਤੇ ਇਹ ਮੇਰੀ ਰਾਸ ਬਣ ਗਈ ਹੈ ਮੇਰੇ RAM ਕੋ ਭੰਡਾਰ ਮੇਰੇ ਪਰਮੇਸ਼ਰ ਦੇ ਪੰਡਾਰ ਖਜ਼ਾਨੇ ਪਰੇ ਤੇ ਹਨ ਕਾ ਕਰਤ ਕਰ ਤੋਟ ਨਾ ਆਵ ਅੰਤ ਨਹੀਂ ਹਰ ਪਾਰਾ ਬਾਤ ਤਾਂ ਉਹਦੇ ਖਾਨ ਦੇ ਖਤੰ ਦੇ ਵਿੱਚ ਕਮੀ ਨਹੀਂ ਆਉਂਦੀ ਹੈ ਨਾ ਹੀ ਉਸ ਪਰਮੇਸ਼ਰ ਦਾ ਅੰਤ ਪਾਇਆ ਜਾ ਸਕਦਾ ਹੈ ਤਾਂ ਮੈਂ ਆਸ ਕਰਦਾ ਹਾਂ ਜਸਤਰੀ ਪੰਜੀ ਨੇ ਜਿੰਨਾ ਕੋਈ ਸ਼ਬਦ ਸੁਣਿਆ ਹੈ ਦੁਬਾਰਾ ਸੁਣ ਲਿਓ ਆਪ ਜੀ ਦੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਦੂਸਰੀ ਬੇਨਤੀ ਹੈ ਆਪ ਜੀ ਦਾ ਕੋਈ ਸਵਾਲ ਹੋਵੇ ਉਹ ਆਪ ਵੀ ਮੈਨੂੰ WhatsApp ਤੇ ਪੇਂਹ ਸਕਦੇ ਹੋ ਵਾਰੀ ਵਾਰੀ ਕਰਕੇ ਉਹਨਾਂ ਦਾ ਮੈਂ ਜਵਾਬ ਆਪ ਦਿਨੋ ਬਾਣੀ ਰਾਹੀਂ ਦੇਣ ਦਾ ਚਤਨ ਕਰਾਂਗਾ ਪਿਛਲੇ ਹਫਤੇ ਅੰਮ੍ਰਿਤ ਦੀ ਗੱਲ ਚੱਲ ਰਹੀ ਸੀ ਤੇ ਉਹ ਲੋਕਾਂ ਦੇ ਸੰਧਿਆ ਸਰੋਵਰ ਵਾਲਾ ਪਾਣੀ ਅੰਮ੍ਰਿਤ ਹੈ ਬਾਣੀ ਪੜੀ ਜਾ ਰਹੀ ਹੈ ਉਹ ਅੰਮ੍ਰਿਤ ਬਣ ਜਾਵੇਗਾ ਇਹ ਸਾਰੀਆਂ ਗੱਲਾਂ ਬਾਦਿਆਂ ਦੇ ਡੇਰਿਆਂ ਤੋਂ ਸਾਖੀਆਂ ਦੇ ਨਾਲ ਸਾਨੂੰ ਦੱਸੀ ਜਾ ਰਹੀ ਹੈ ਮੈਂ ਜਿੰਨੀਆਂ ਵਿਚਾਰਾਂ ਆਪਦੇ ਨਾਲ ਸਾਂਝੀ ਕਰਾਂਗਾ ਗੁਰਬਾਣੀ ਦੇ ਦਾਅਰਤੇ ਕਰਾਂਗਾ ਮੈਂ ਝੂਠ ਹੋ ਸਕਦਾ ਹਾਂ ਮੈਂ ਗਲਤ ਹੋ ਸਕਦਾ ਹਾਂ ਬਾਬੇ ਮਹਾਂਪੁਰ ਸੋਕਲ ਸੰਤ ਅਖਵਾਨ ਵਾਲੇ ਗਲਤ ਹੋ ਸਕਦੇ ਨੇ ਪਰ ਬਾਣੀ ਗਲਤ ਨਹੀਂ ਹੋ ਸਕਦੀ ਹੈ ਇਸੇ ਕਰਕੇ ਮੈਂ ਇੱਕ ਇੱਕ ਆਕਾ ਇੱਕ ਇੱਕ ਵਾਵਲ ਲਾਂ ਦਾਂ ਪੂਰੀ ਸਮਝਾ ਰਿਹਾ ਹਾਂ ਪੇਜ ਨੰਬਰ ਨਾਲ ਲਿਖਿਆ ਹੋਇਆ ਹੈ ਬਾਅਦ ਵਿੱਚ ਇਹ ਸਮਝ ਸਕਦੇ ਹੋ ਪਰ ਇੱਥੇ ਅਮਰਤ ਦੀ ਗੱਲ ਬਾਣੀ ਅੰਦਰ ਕੇਵਲ ਕੇਵਲ ਨਾਮ ਅੰਮ੍ਰਿਤ ਪਰਮੇਸ਼ਰ ਦੇ ਗੁਣਾਂ ਦੀ ਗੱਲ ਕੀਤੀ ਗਈ ਹੈ ਇਹ ਹਮੇਸ਼ਾ ਧਿਆਨ ਰੱਖਣਾ ਪਾਣੀ ਕੋਈ ਅੰਮ੍ਰਿਤ ਨਹੀਂ ਹੈ ਪਾਣੀ ਕਿਸੇ ਤਰ੍ਹਾਂ ਦੇ ਅੰਮ੍ਰਿਤ ਦੇ ਬਣਦਾ ਉਹ ਆਪਣੇ ਆਪ ਵਿੱਚ ਅੰਮ੍ਰਿਤ ਹੈ ਪਿਓਰ ਹੈ ਜੋ ਪਰਮੇਸ਼ਰ ਨੇ ਦਿੱਤਾ ਹੈ ਪਰ ਅੰਮ੍ਰਿਤ ਬਾਣੀ ਵਿੱਚ ਕਿੰਨੂ ਕਿਹਾ ਜਾ ਰਿਹਾ ਹੈ ਮੈਂ ਸਿਰਫ ਦੋ ਪ੍ਰਮਾਣ ਲੈ ਕੇ ਆਪਦੇ ਨਾਲ ਸ਼ੇਅਰ ਕਰਾਂਗਾ ਅੰਮ੍ਰਿਤ ਬਾਣੀ ਅੰਮੇ ਉਹ ਰ ਅੰਮ੍ਰਿਤ ਹਰ ਕਾ ਨਾਮ ਹੁੰਦੇ ਕਿਸੇ ਨੂੰ ਇੰਨੀ ਗੱਲ ਦੀ ਸੋਖਿਆ ਸਮਝ ਨਹੀਂ ਆਰੀ ਤਾਂ ਉਹਦਾ ਕੋਈ ਕੁਝ ਨਹੀਂ ਸੁਆ ਸਕਦਾ ਪੂਰਾ ਸਤਗੁਰੂ ਕਿਆ ਕਰੇ ਜੋ ਸਿੱਖਾਂ ਨੇ ਚੁਕ ਅਮਰਤ ਦੀ ਡੈਫੀਨੇਸ਼ਨ ਦੇ ਰਹੇ ਨੇ ਅੰਮ੍ਰਿਤ ਬਾਣੀ ਮ੍ਰਿਤ ਕਹਿੰਦੇ ਨੇ ਮਰਿਆ ਹੋਇਆ ਅੰਮ੍ਰਿਤ ਕਹਿੰਦੇ ਜਿਹੜਾ ਮਰਦਾ ਨਹੀਂ ਹ ਸਦੀਵੀ ਹ ਉਹ ਕੀ ਹੈ ਬਾਣੀ ਹ ਅਮਿਓ ਰਸ ਹੈ ਪਾਓ ਉਸ ਪਰਮੇਸ਼ਰ ਦੇ ਗੁਣ ਉਦੇ ਬੋਲ ਉਹਦੇ ਬਚਨ ਉਹ ਰਸ ਜੋ ਹੈ ਉਹ ਅੰਮ੍ਰਿਤ ਹੈ ਜਿਹੜਾ ਮਰਦਾ ਨਹੀਂ ਹੈ ਨਾਸ਼ ਨਹੀਂ ਹੁੰਦਾ ਹੈ ਬਸ ਸਤਿਗੁਰੂ ਜੀ ਅੰਮ੍ਰਿਤ ਹੈ ਕਿ ਅੰਮ੍ਰਿਤ ਹਰ ਕਾ ਨਾਮ ਪਰਮੇਸ਼ਰ ਦਾ ਨਾਮ ਹੈ ਹੁਣ ਅਸੀਂ ਵਿਚਾਰ ਕਰਕੇ ਆਏ ਤੇ ਉਹਦਾ ਨਾਮ ਕੀ ਹੈ ਉਹਦੇ ਗੁਣ ਹਨ ਹੁਣ ਉਹਦੇ ਗੁਣ ਨਾਸ਼ ਨਹੀਂ ਹੁੰਦੇ ਕੋਈ ਲੈ ਨਹੀਂ ਸਕਦਾ ਕੋਈ ਚੋਰੀ ਨਹੀਂ ਕਰ ਸਕਦਾ ਹੈ ਕਿਉਂ ਮੰਤਨ ਹਿਲਦਾ ਸਿਮਰ ਹਰ ਆਗ ਤਹਰ ਗੁਣ ਗਾਉ ਨਨੇ ਨੁ ਸਿਆਰੀ ਹਰ ਮਨ ਦੇ ਵੀ ਤਨ ਦੇ ਵੀ ਹੁਣ ਜਿਨੇ ਇਹ ਨਾਮ ਅੰਮ੍ਰਿਤ ਪਰਮੇਸ਼ਰ ਦੇ ਗੁਣ ਜਿਹੜੇ ਨੇ ਭਗਤ ਜਨਕ ਮਨ ਬਿਸਰਾਮ ਸੁਖ ਮਨਿ ਸੁਖ ਅੰਮ੍ਰਿਤ ਪ੍ਰਾਪਨਾ ਹੁਣ ਇਹ ਜਿਨੇ ਜਿਨੇ ਗੁਣ ਮੈਂ ਆਪਣੇ ਮਨ ਦੇ ਰਾਹੀ ਆਪਣੇ ਤਨ ਦੇ ਰਾਹੀ ਆਪਣੇ ਜੀਵਨ ਵਿੱਚ ਲਿਆ ਰਿਹਾ ਹਾਂ ਕਿੱਥੇ ਲਿਆ ਰਿਹਾ ਹਾਂ ਹਰਦੇ ਅੰਦਰ ਕਿਵੇ ਫਿਮਰ ਸਿਮਰ ਕੇ ਯਾਦ ਕਰ ਕਰਕੇ ਆਠ ਤਹਰ ਗੁਣ ਗਾਓ ਉਸ ਪਰਮੇਸ਼ਰ ਦੇ ਗੁਣ ਅੱਠੇ ਪੈਰ ਪਾਓ ਹਰ ਵੇਲੇ ਮੈਂ ਇਕੱਠੇ ਕਰ ਕਰਕੇ ਹਿਰਦੇ ਵਿੱਚ ਲਿਆ ਰਿਹਾ ਹਾਂ ਇੱਕ ਹੋਰ ਐਗਜ਼ਾਮਪਲ ਸ਼ਲੋਕ ਮਹਲਾ ਦੂਜਾ ਦਿਨ ਵੜਿਆ ਏ ਤੇਰੇ ਨਾਮ ਕੀ ਤੇ ਰੱਤੇ ਮਨ ਮਾਹੇ ਜਿਨ ਵਡਿਆਈ ਜਿਨਾ ਦੇ ਮਨ ਵਿੱਚ ਪਰਮੇਸ਼ਰ ਜੀ ਤੁਹਾਡੇ ਨਾਮ ਦੀ ਵਡਿਆਈ ਹੈ ਰੱਤੇ ਮੈਂ ਰੰਗੇ ਗਏ ਹਾਂ ਇਕਮਿਕ ਹੋ ਰਹੇ ਹਾਂ ਮਨ ਮਾਹੇ ਉਹ ਮਨ ਕਰਕੇ ਤੇਰੇ ਪਿਆਰ ਦੇ ਵਿੱਚ ਤੇਰੇ ਗੁਣਾਂ ਦੇ ਵਿੱਚ ਤੇਰੀ ਵਡਿਆਈ ਦੇ ਵਿੱਚ ਰੰਗੇ ਗਏ ਹਾਂ ਇਕਮਿਕ ਹੋ ਗਏ ਹਾਂ ਨਾਨਕ ਅੰਮ੍ਰਿਤ ਇੱਕ ਹੈ ਬੁੱਧਾ ਅੰਮ੍ਰਿਤ ਨਾ ਹੈ ਹੁਣ ਇਹ ਵੀ ਗੱਲ ਜੇ ਕਿਸ ਨੂੰ ਸਮਝ ਨਹੀਂਦਾ ਆਵੇ ਤਾਂ ਕੋਈ ਕੁਝ ਨਹੀਂ ਕਰ ਸਕਦਾ ਨਾਨਕ ਕਹ ਰਿਹਾ ਅੰਮ੍ਰਿਤ ਇੱਕੋ ਹੀ ਹੈ ਤੇ ਉਹ ਪਰਮੇਸ਼ਰ ਦਾ ਨਾਮ ਗੁਣ ਹੈ ਫਿਰ ਪੱਕਾ ਕਰ ਰਹੇ ਨੇ ਦੂਜਾ ਅੰਮ੍ਰਿਤ ਨਾ ਹੈ ਪਾ ਦੂਜਾ ਤੀਜਾ ਚੌਥਾ ਪੰਜਵਾਂ ਸਰਵਰ ਤੀਰਤ ਇਹ ਕੋਈ ਅੰਮ੍ਰਿਤ ਨਹੀਂ ਜੇ ਨਾ ਹੈ ਦੇ ਹੈ ਕਿੱਥੇ ਆ ਨਾਨਕ ਅੰਮ੍ਰਿਤ ਮਨ ਹੈ ਮਾ ਹੈ ਪਾਈ ਆ ਗੁਰ ਪਰਸਾ ਉਨ ਸਾਰਾ ਟੰਗ ਨਾਨਕ ਬਾਤ ਚਲੇ ਨੇ ਕਿੱਥੇ ਅੰਮ੍ਰਿਤ ਮਨ ਦੇ ਅੰਦਰ ਹੈ ਅੰਦਰੋਂ ਖੋਜਣਾ ਕਿਵੇਂ ਮੈਂ ਰਿਅਲਾਈਜ਼ ਕਰਾਂਗਾ ਕਿਵੇਂ ਪਛਾਣ ਕਰਾਂਗਾ ਗੁਰ ਪ੍ਰਸਾਦ ਬਾਬੇ ਨੂੰ ਸਿਆਰੀ ਆ ਗੁਰੂ ਦੀ ਸਿੱਖਿਆ ਦੇ ਰਾਹੀਂ ਗੁਰੂ ਦੇ ਲੈਸਨ ਟੀਚਿੰਗ ਦੇ ਰਾਹੀਂ ਇਹ ਅੰਮ੍ਰਿਤ ਜੋ ਮੇਰੇ ਮਨ ਜੀਵਨ ਸਰੀਰ ਦੇ ਅੰਦਰ ਹੈ ਇਹਨੂੰ ਆਪਣੇ ਜੀਵਨ ਵਿੱਚ ਲਿਆਉਣਾ ਹੈ ਤਿੰਨੇ ਤੀਤਾ ਰੰਗ ਸਿਓ ਜਿਨ ਕੌਲ ਲਿਖਿਆ ਆ ਜਿਨਾਂ ਨੇ ਇਹ ਪਿਆਰ ਦੇ ਨਾਲ ਸਮਝ ਦੇ ਨਾਲ ਸੋਚ ਦੇ ਨਾਲ ਇਹ ਨਾਮ ਗੁਣ ਦਾ ਅੰਮ੍ਰਿਤ ਚੱਖ ਲਿਆ ਹੈ ਇਹ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਭਾਗਾਂ ਵਿੱਚ ਲਿਖਿਆ ਹੁੰਦਾ ਹੈ ਹੁਣ ਇੱਥੇ ਭਾਗ ਕੌਣ ਲਿਖਦਾ ਹੈ ਕਿਵੇਂ ਲਿਖਦਾ ਹੈ ਕਦੋਂ ਲਿਖਦਾ ਹੈ ਇਹਦੀ ਵੀ ਵਿਚਾਰ ਕਰਾਂਗੇ ਪਰ ਇਹ ਨਾ ਸਮਝਨਾ ਪਰਮੇਸ਼ਰ ਆਪਣੀ ਮਰਜ਼ੀ ਨਾਲ ਲਿਖਦਾ ਹੈ ਜੋ ਅਸੀਂ ਕੁਝ ਕਰਦੇ ਆਂ ਜੋ ਸੋਚਦੇ ਹਾਂ ਉਹ ਲਿਖਦਾ ਹੈ ਆਪਣੀ ਮਰਜ਼ੀ ਨਾਲ ਨਹੀਂ ਲਿਖਦਾ ਇੱਕ ਲਾਈਨ ਆਉਂਦੀ ਬਣ ਚੇਤੇ ਆ ਗਈ ਹੈ ਦਿਨ ਰਾਤ ਕਮਾਈ ਬੜੋ ਤੋਂ ਆਇਓ ਮਾਥਾ ਮੈਂ ਜੋ ਦਿਨ ਰਾਤ ਕਮਾਉਂਦਾ ਹਾਂ ਬੋਲਦਾ ਹਾਂ ਕਹਿੰਦਾ ਹਾਂ ਸੋਚਦਾ ਹਾਂ ਐਕਸ਼ਨ ਕਰਦਾ ਹਾਂ ਉਹ ਮੇਰੇ ਮੱਥੇ ਤੇ ਲਿਖਿਆ ਜਾਂਦਾ ਹੈ ਮੈਂ ਚੋਰੀ ਕੀਤੀ ਲਿਖਿਆ ਗਿਆ ਮੈਂ ਕਿਸੇ ਦੀ ਸੇਵਾ ਕੀਤੀ ਉਹ ਲਿਖਿਆ ਗਿਆ ਜਿਵੇਂ ਬੈਂਕ ਅਕਾਊਂਟ ਇਕਾਦ ਅੰਦਰ ਅਸੀਂ ਇੱਥੇ ਦੋ ਪੰਕਤੀਆਂ ਅੰਦਰ ਅੰਮ੍ਰਿਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਆ ਨਾ ਇੱਥੇ ਇਸ ਵਿਚਾਰ ਨੂੰ ਸਮਾਪਤ ਕਰਦਾ ਹਾਂ ਜਿਹੜਾ ਇੱਕ ਹੋਰ ਸਵਾਲ ਹੈ ਉਹ ਪੈਂਦੀ ਨੇ ਕੀਤਾ ਸੀਗਾ ਸੰਤ ਕੌਣ ਹੁੰਦੇ ਹੈ ਸੰਤ ਨੂੰ ਸ਼ੰਧਨ ਤੋਂ ਪਹਿਲਾਂ ਪਹਿਲੇ ਇਹਨਾਂ ਗੁਰਬਾਣੀ ਦੇ ਗ੍ਰਾਮਰ ਨੂੰ ਸਮਝ ਲਓ ਤਾਂ ਸਮਝ ਆਵੇਗਾ ਉਹਨਾਂ ਪਹਿਲੀ ਲਾਈਨ ਦੇ ਸੰਤ ਤੱਤੇ ਨੂੰ ਮੁਖਤਾ ਹੈ ਦੂਜਾ ਅੱਖਰ ਤੱਤੇ ਨੂੰ ਔਕਲ ਹੈ ਤੀਜਾ ਅੱਤਰ ਤਤੈਨੋਂ ਸਿਆਰੀ ਹੈ ਤਿੰਨਾਂ ਨੂੰ ਅਸੀਂ ਸੰਤ ਕਹਿ ਰਹੇ ਹਾਂ ਬੋਲਣ ਦੇ ਵਿੱਚ ਉਹ ਵੀ ਸੰਤ ਹੈ ਉਹ ਵੀ ਸੰਤ ਹੈ ਉਹ ਵੀ ਸੰਤ ਹੈ ਤਿੰਨਾਂ ਦੇ मीनिंग ਵੱਖਰੇ ਨੇ ਤੁਸੀਂ ਕਿਵੇਂ मीनिंग ਕਰੋਗੇ ਕਿ ਆਪ ਜੀ ਨੂੰ ਇਹ ਰੂਲ ਅਗਰ ਨਹੀਂ ਆਉਂਦੇ ਸੰਗਤ ਜੀ ਇਹੀ ਗੱਲਾਂ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਅਸੀਂ ਪਹਿਲੀ ਕਲਾਸ ਵਿੱਚ ਬੈਠੇ ਹਾਂ ਤੇ ਗੱਲਾਂ ਕਰਦੇ ਆ ਪੀ ਐਚ ਦੀਆਂ ਨਹੀਂ ਇਹ ਸਮਝ ਆਉਣੀ ਆ ਤੇ ਮੇਰੀ ਬੇਨਤੀ ਹੈ ਮੈਨੂੰ ਸਤਿਗੁਰੂ ਨੇ ਜਿੰਨੀ ਮੱਤ ਦਿੱਤੀ ਹੈ ਗੁਰਬਾਣੀ ਅਨੁਸਾਰ ਮੈਂ ਆਪਦੇ ਨਾਲ ਅੱਖਰ ਤੋਂ ਅੱਖਰ ਲਾਈਨ ਤੋਂ ਲਾਈਨ ਬਾਵਲ ਤੋਂ ਬਾਵਲ ਸ਼ੇਅਰ ਕਰਨ ਦਾ ਯਤਨ ਕਰ ਰਿਹਾ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਹੈ ਅੰਮ੍ਰਿਤ ਦੀ ਗੱਲ ਬਾਣੀ ਦੇ 200 ਪਰਮਾਨ ਮੌਜੂਦ ਨੇ 200 ਤੋਂ ਉੱਪਰ ਹੋਣਗੇ ਹੁਣ ਉਹਨਾਂ ਨੂੰ ਆਪ ਪੜਨਾ ਪਵੇਗਾ ਮੈਂ ਦੋ ਪੰਕਤੀਆਂ ਰਾਈ ਸੁੰਦਾ ਦਿੰਦਾ ਹੁਣ ਬਾਅਦ ਤੁਸੀਂ ਜਾ ਕੇ ਤੀਥਾਂ ਦੇ ਮਤਲਬ ਭਰ ਭਰ ਕੇ ਅੰਮ੍ਰਿਤ ਰੇ ਲਾਓ ਤੁਹਾਡੀ ਮਰਜ਼ੀ ਹੈ ਪੂਰਾ ਸਤਗੁਰ ਕਿਆ ਕਰੇ ਜੋ ਸਿੱਖਾ ਮੈਂ ਚੂਕੇ ਪੜਨਾ ਪਵੇਗਾ ਇਸਾਂ ਬਹੁਤ ਸਾਰੇ ਗੁਰਬਾਣੀ ਦੇ ਅਕਰ ਹੁਕਮ 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 ਸ਼ਬਦ 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 ਹੁਕਮ 12 ਵਾਰੀ 12 ਸਰੂਪ ਦੇ ਅੰਦਰ ਆਇਆ ਗੁਰਬਾਣੀ ਹੁੰਦਾ 12 ਕਦੇ ਸੁਣਿਆ ਹੈ ਤੁਸੀਂ ਸੋਚਿਆ ਵੀ ਨਹੀਂ ਹੋਣਾ ਕਿਸੇ ਨੇ ਤਾਂ ਕਿਵੇਂ ਸਮਝ ਆਵੇਗਾ ਤਾਂ ਵੀ ਨੀਡ ਟੂ ਲਰਨ ਗੁਰਬਾਣੀ ਗਾਮਰ ਗੁਰਬਾਣੀ ਦੀ ਬੰਤਰ ਇਹ ਤਾਂ ਪ੍ਰਿਕਨ ਇੱਕ ਇੱਕ ਕਰਕੇ ਸਮਝਾਉਣ ਦਾ ਤਾਂ ਤੁਸੀਂ ਕਰਿਆ ਤਾਂ ਇਸੇ ਕਲਾਸ ਵਿੱਚ ਪੰਜਾਬੀ ਗੁਰਮੁਖੀ ਦੇ ਨਾਲ ਨਾਲ ਬਾਣੀ ਨੂੰ ਸਮਝਾਉਣ ਦਾ ਟੰਗ ਅੱਗੇ ਹੌਲੀ-ਹੌਲੀ ਬਾਣੀ ਨੂੰ ਛੁਦ ਪ੍ਰੈਕਟੀਕਲ ਕਰਾਉਣ ਦਾ ਟੰਗ ਮੈਂ ਆਪ ਵੀ ਨਾਲ ਸ਼ੇਅਰ ਕਰਾਂਗਾ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਵਾਹ ਕਰੋ ਜੀ ਕਾ ਖਾਲਸਾ ਵਾਹ ਕਰੋ ਜੀ ਕੀ ਪਤ ਹੈ ਇਸ ਤੇ ਪੰਦੀ ਨੇ ਹੱਥ ਖੜਾ ਕੀਤਾ ਹੈ ਜਸਪ੍ਰੀਤ ਕੌਰ ਜੀ ਨੇ

ਉਸੇ ਅ ਪਿਛਲੇ ਵਾਰੀ ਜਿਹੜੀ ਬੁੱਧਵਾਰ ਵੀਰਵਾਰ ਇੰਡੀਆ ਚ ਹੁੰਦਾ ਉਹ ਕਲਾਸ 10 ਨੇ ਕੀਤੀ ਵੀਰਵਾਰ ਦੇ ਮੈਨੂੰ ਪਤਾ ਨਹੀਂ ਇੱਕ ਇੱਕ ਬੇਟਾ ਜਿਹੜੀ ਅਸਲ ਬੁੱਧਵਾਰ ਦੀ ਕਲਾਸ ਯੂਐਸਏ ਕੈਨੇਡਾ ਹੁੰਦੀ ਹੈ ਤੇ ਉਹ ਹੀ ਕਲਾਸ ਪਾਉਨੂੰ ਵੀਰਵਾਰ ਸਵੇਰੇ ਇਹੀ ਟਾਈਮ ਹੁੰਦਾ ਸਵੇਰੇ 6 ਵਜੇ ਮੈਂ ਉਹਦੀ ਆਪ ਤੇ ਨੂੰ ਇੱਕ ਵਾਰੀ ਰਿਕਾਰਡਿੰਗ ਭੇਜ ਦਿਆਂਗਾ ਉਹ ਸੁਣਿਆ ਦੇ ਤੇ ਇਸ ਵਾਰ ਉਥੋਂ ਹੀ ਉੱਠਿਆ ਸੀਗਾ ਤੇ ਮੈਂ ਆਪ ਵੀ ਨਾਲ ਸ਼ੇਅਰ ਅੱਜ ਕੀਤਾ ਹੈ ਤਾਂ RAMDAS ਉੱਥੇ RAM DE DAAS ਪਰਮੇਸ਼ਰ ਦੇ ਸੇਵਕਾਂ ਦੀ ਗੱਲ ਕੀਤੀ ਗਈ ਆ ਉਹ ਮੈਂ ਸਾਰਾ ਬਾਣੀ ਦੇ ਬੰਦਰ ਅਨੁਸਾਰ ਸਮਝਾਇਆ ਹੈ ਮੈਂ ਉਹ ਰਿਕਾਰਡਿੰਗ ਆਪ ਜੀ ਨੂੰ ਪੇਜ ਦੇਵਾਂਗਾ ਤੇ ਉਹ ਆਪ ਜੀ ਇੱਕ ਵਾਰੀ ਸੁਣਿਓ ਤੇ ਉਸ ਤੋਂ ਬਾਅਦ ਜੋ ਹੈ ਉਹ ਸਵਾਲ ਹੋਵੇ ਫਿਰ ਮੈਨੂੰ ਆਪ ਜੀ ਲਿਖ ਕੇ ਪੇਸ਼ ਕਰ ਸਕਦੇ ਹੋ ਜੋ ਮੈਨੂੰ ਇੱਕ ਬਹੁਤ ਪ੍ਰੋਬਲਮ ਹੈ ਕਿ ਤੁਸੀਂ ਇਹ ਮੰਨਦੇ ਹੋ ਕਿ RAM DE DAAS ਅਗੇ ਨੇ ਫਗਤ ਅਗੇ ਨੇ ਸੰਤ ਮੈਂ ਨਹੀਂ ਮੰਨਦਾ ਬੇਟਾ ਜੀ ਦੇਖੋ ਪਲੀ ਮੈਂ ਨਹੀਂ ਗੁਰਬਾਨੀ ਕਰ ਰਹੀ ਹਾਂ ਹਾਂ ਤੇ ਫਿਰ ਤੁਸੀਂ ਬਾਬਿਆਂ ਦੀ ਹंसी ਕਿਉਂ ਉਡਾਉਂਦੇ ਹੋ ਉਹ ਇਸ ਕਰਕੇ ਲੈਣਾ ਕਿ ਬਾਬਿਆਂ ਨੇ ਆਪਣੇ ਆਪ ਨੂੰ ਅਖਵਾਉਣ ਵਾਸਤੇ ਜਿਹੜਾ ਹੈ ਨਾ ਸੰਤ ਅਖਵਾਉਣ ਵਾਸਤੇ ਸਾਰੇ ਪਾਪੜ ਵੇਚਦੇ ਆ ਗੁਰਬਾਨੀ ਅੰਦਰ ਸੰਤ ਸ਼ਬਦ ਕਿਸੇ ਵਿਅਕਤੀ ਵਾਸਤੇ ਨਹੀਂ ਆਇਆ ਇਸ ਕਰਕੇ ਮੈਂ ਇੱਥੇ ਨਹੀਂ ਦੱਸ ਰਿਹਾ ਕਿਉਂਕਿ ਸੰਤ ਸ਼ਬਦ ਮੈਂ ਤਾਂ ਲਿਖ ਕੇ ਸਾਹਮਣੇ ਮੇਰੀ ਸਕਰੀਨ ਤੇ ਅਜੇ ਵੀ ਆ ਇਹ ਤਿੰਨ ਅੱਖਰ ਨੇ ਇਹਨਾਂ ਨੂੰ ਪੁੱਛੋ ਬਾਦਿਆਂ ਨੂੰ ਜਾ ਕੇ ਇਹਨਾਂ ਦੇ ਆਹ ਦੱਸ ਦਿਓ ਕਦੀ ਨਹੀਂ ਦੱਸਣਗੇ ਦੱਸਣਗੇ ਤੇ ਗਲਤ ਦੱਸਣਗੇ ਪਹਿਲੇ ਗੱਲ ਉਹਨਾਂ ਨੂੰ ਆਉਂਦਾ ਹੀ ਨਹੀਂ ਕਿ 99% ਨੂੰ ਮੈਂ ਇੱਕ ਦੀ ਗੱਲ ਨਹੀਂ ਕਰ ਰਿਹਾ ਮੇਰਾ ਬਾਦ ਫੇਰਿਆਂ ਨਾਲ ਪਿਆ ਮੈਂ ਇਸ ਕਰਕੇ ਨਿੰਦਾ ਤੇ ਕਾਮ ਦੀ ਦੇਰੀਆਂ ਦੇ ਬੱਚੇ ਸਭ ਤਗਾ ਦਾ ਇਹਨਾਂ ਨੇ ਪਾਇਆ ਉਪਰੋਂ ਬਾਹਰੀ ਝੇਖ ਹੈ ਅੰਦਰ ਕੱਖ ਨਹੀਂ ਮਾਰਾ ਇਹਨੇ 500 ਸਾਲ ਪਹਿਲਾਂ ਬਾਣੀ ਅੰਦਰ ਇਹ ਇਹਨਾਂ ਦਾ ਜਿਹੜਾ ਕੈਰੈਕਟਰ ਲਿਖ ਛੜਿਆ ਸੀ ਮੈਂ ਉਸ ਪਾਸੇ ਪਹਿਲਾਂ ਤੁਸੀਂ ਆਪ ਸਮਝਾਓ ਜੇ ਤੁਸੀਂ ਬਾਣੀ ਆਪ ਨਹੀਂ ਪੜੋਗੇ ਨਾ ਤੁਹਾਨੂੰ ਕਦੇ ਨਹੀਂ ਸਮਝ ਆਣੀ ਤੇ ਉਹਨਾਂ ਨੂੰ ਬਾਦਿਆਂ ਨੂੰ ਚਾਹੇ ਉਹ ਪ੍ਰਚਾਰਕ ਨੇ ਚਾਹੇ ਕੀਰਤਨੀ ਨੇ ਚਾਹੇ ਕਥਾਕਾਰ ਨੇ ਉਹਨਾਂ ਨੂੰ ਪਤਾ ਤੁਹਾਨੂੰ ਲੋਕਾਂ ਨੂੰ ਸੰਗਤ ਨੂੰ ਕੱਖ ਨਹੀਂ ਆਉਂਦਾ ਜੋ ਮਰਜ਼ੀ ਅਸ ਕਰ ਜਾਓ ਉਹ ਜਾਣਦੇ ਨੇ ਚੰਗੀ ਤਰ੍ਹਾਂ ਉਹ ਤੁਹਾਡੇ ਸਾਹਮਣੇ ਆ ਨਾ ਤੁਸੀਂ ਜਿੰਨੇ ਵੀ 10 12 ਬੈਠੇ ਹੋ ਹਾਜ਼ਰ ਹੈਗੇ ਉਹ ਇਹਦੇ ਕੋਈ ਮਨੁਆਫ ਕਰਕੇ ਵਰਡ ਮੀਨਿੰਗ ਦੱਸ ਦਿਓ ਚਲੋ ਅੱਖ ਖੜਾ ਕਰੋ ਹੁਣੇ ਹੀ ਮੈਂ ਆਮੈਂ ਪ੍ਰੈਕਟੀਕਲ ਪਰਸੋਂ ਤੁਹਾਨੂੰ ਮੈਨੂੰ ਪਤਾ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਤੇ ਇਹਨਾਂ ਨੂੰ 99.9 ਸੰਗਤ ਨੂੰ ਕੱਖ ਨਹੀਂ ਆਉਂਦਾ ਗੁਰਬਾਣੀ ਬਾਰੇ ਬਸ ਇਹ ਗੱਲ ਸਮਝ ਲਓ ਮੈਂ ਕਿਸੇ ਦੀ ਨਿੰਦਿਆ ਨਹੀਂ ਕਰ ਰਿਹਾ ਸੱਚ ਨੂੰ ਸੱਚ ਕਹਿ ਰਿਹਾ ਤੇ ਪ੍ਰੈਕਟੀਕਲ ਆ ਤੇਰਾ ਬੰਦੇ ਬੈਠੇ ਤੱਕ ਖੜਾ ਕਰੋ ਅਖਰਾਂ ਦਾ मीनिंग ਦੱਸ ਦਿਓ ਚਲੋ ਵਰਡ मीनिंग ਆਲਦੀ ਨਾਥਿੰਗ ਆਲ ਕਲਾਸਿਕਲ ਮੀਨਿੰਗ ਚਾਹਦੇ ਹੋ ਕਰ ਸਕਦੇ ਹੋ ਕੋਈ ਇੱਕ ਵਿਅਕਤੀ ਖੜਾ ਹੋਇਆ کافی ਇੱਥੇ ਕਰਿਆ ਅਸੀਂ ਐਲ ਕੇ ਜੀ ਵਿੱਚ ਬੈਠਿਆ ਪੈਂ ਜੀ ਵੀਰ ਮੇਰੇਓ ਪਿਆਰਿਓ ਗੁਰੂ ਕੇ ਸਿੱਖੋ ਤੁਸੀਂ ਪਹਿਲੀ ਕਲਾਸ ਵਿੱਚ ਬੈਠੇ ਹੋ ਚਾਹੇ ਉਮਰ ਤੁਹਾਡੀ 20 ਸਾਲ 70 ਸਾਲ ਹੈ ਚਾਹੇ 40 ਸਾਲ ਹੈ ਚਾਹੇ 20 ਸਾਲ ਹੈ ਤਾਂ ਤੁਸੀਂ ਗੱਲ ਸਵਾਲ ਜਿਹੜਾ ਹੈ ਉਹ ਪੀ ਐਚ ਡੀ ਦਾ ਕਰ ਰਿਹਾ ਕਿੱਥੋਂ ਸਮਝ ਆਏਗਾ ਬੇਟਾ ਜੀ ਮੈਂ ਤਾਂ ਪ੍ਰੈਕਟਿਸ ਹਾਂਜੀ ਬੇਟਾ ਮਤਲਬ ਜਿਵੇਂ ਤੁਸੀਂ ਇਹ ਕਹਿੰਦੇ ਹੋ ਕਿ ਫੁਰਨੇ ਕਿਵੇਂ ਖਤਮ ਹੋਣਗੇ ਇਹ ਕੁਛ ਨਾ ਹਾਂਜੀ ਫੁਰਨੇ ਕਿਵੇਂ ਖਤਮ ਹੋਣਗੇ ਜੋ ਜਿਸ ਤਰ੍ਹਾਂ ਅਸੀਂ ਪਾਠ ਵਿੱਚ ਬੈਠੇ ਹੋਏ ਮਨੁੱਖ ਫੁਰਨੇ ਚਲੇ ਜਾਂਦੇ ਨੇ ਕਾਮਯਾਬੀ ਤੋਂ ਲੋਟ ਕੇ ਵੀ ਮਨੁੱਖ ਫੁਰਨੇ ਚਲੇ ਜਾਂਦੇ ਨੇ ਤੇ ਫੁਰਨੇ ਕਿਵੇਂ ਖਤਮ ਹੋਣਗੇ ਇਹ ਪੁੱਛਣਾ ਹੈ ਇਹ ਤੁਸੀਂ ਇਹਨਾਂ ਨੂੰ ਸਵਾਲ ਲਿਖ ਕੇ ਨਾ WhatsApp ਤੇ ਤੇ ਦੇਣਾ ਬੇਟਾ ਕਿਉਂਕਿ ਜਿਹੜੇ ਸਵਾਲ ਜਵਾ ਦਾ ਨਾ ਅਸੀਂ ਉਹਦੇ ਹੱਲ ਵਾਲੀ ਕਰਿਆ ਕਰਾਂਗੇ ਔਰ ਬਾਣੀ ਦਾ ਅਧਾਰ ਤੇ ਕਰਾਂਗਾ ਮੈਂ ਤਾਂ ਕਿ ਤੁਹਾਨੂੰ ਟੰਗ ਦਾ ਸਮਝ ਆ ਜਾਏਗਾ ਬੇਟਾ ਠੀਕ ਹੁਣ ਦੇਖੋ ਇਹ ਜਿਹੜਾ ਸੰਤ ਪਹਿਲਾਂ ਲਿਖਿਆ ਨਾ ਅੱਖਰ ਹੁਣ ਇਸ ਲਾਈਨ ਦਾ ਖੇਦ ਮੈਂ ਪਿੰਨ ਵਰਡ ਲਿਖਿਆ ਕਾ ਕੇ ਕੀ ਪਹਿਲੇ ਇਹਨਾਂ ਦੇ ਵਰਡ ਮੀਨਿੰਗ ਹੋਣਗੇ ਫਿਰ ਡਿਟੇਲ ਮੀਨਿੰਗ ਹੋਣਗੇ ਫਿਰ ਇਸ ਬਾਅਦ ਅਗਰ ਇਹ ਤਿੰਨਾਂ ਵਿੱਚ ਕੋਈ ਅੱਖਰ ਲੱਗਦਾ ਹੈਗਾ ਨਾ ਸੰਤ ਕਾ ਮਾਰਗ ਸੰਤ ਕੀ ਪੌੜੀ ਇਹਦੇ मीनिंग ਫਿਰ ਬਦਲ ਗਏ ਫਿਰ ਚੇਂਜ ਹੋ ਜਾਣਗੇ ਹੁਣ ਕੀ ਕਰੋਗੇ ਦੱਸੋ ਮੈਨੂੰ ਫਿਰ ਹੱਥ ਜੋੜ ਕੇ ਬੇਨਤੀ ਹੈ ਅਦੇ ਸੰਗਤ ਜੀ ਬਹੁਤ ਕੁਝ ਸਿੱਖਣ ਵਾਲਾ ਜੇ ਮੈਨੂੰ ਵੀ ਅਦੇ ਸਾਰਾ ਕੁਝ ਨਹੀਂ ਜੇ ਆਉਂਦਾ ਮਤ ਇਹ ਸਮਝ ਲੈਣਾ ਮੈਂ ਕੋਈ ਸਕਾਲਰ ਜਾਂ ਵਿਦਵਾਨ ਹਾਂ ਮੈਂ ਤਾਂ ਸਿਰਫ ਆਪ ਜੀ ਨੂੰ ਅਵੇਅਰ ਕਰ ਰਿਹਾ ਹਾਂ ਮੈਨੂੰ ਅੱਜ ਤੋਂ 50 ਸਾਲ ਪਹਿਲਾਂ ਇੱਕ ਵੀਰ ਮੇਰੇ ਸੀਨੀਅਰ ਨੇ ਅਵੇਅਰ ਕੀਤਾ ਸੀ ਜਿਹੜੇ ਜੱਤੀ ਸਾਹਿਬ ਔਰ ਰਾਸ ਸਾਹਿਬ ਦਾ ਪਾਠ ਕਰਦੇ ਨੇ ਸੋਦਰ ਦਾ ਪਾਠ ਕਰਦੇ ਨੇ ਉਹਦੇ ਇੱਕ ਕਾਮਨ ਸ਼ਬਦ ਆਂਦਾ ਹੈ ਸੋਦਰ ਤੇਰਾ ਕੇਹਾ ਹੁਣ ਇਹ ਦੋਨੋਂ ਸ਼ਬਦ ਕੱਢਿਆ ਦੇ ਸੋਦਰ ਰਾਸ ਵਾਲੇ ਵਿੱਚੋਂ ਨਹੀਂ ਦੋਨੋਂ ਦੋ ਜਗ੍ਹਾ ਗੁਟਕੇ ਆਤੇ ਰੱਖ ਲਓ ਇੱਕ ਜੱਤੀ ਸਾਵਾਲਾ ਸੋਦਰ ਤੇ ਇੱਕ ਉਹ ਦੋਨੋਂ ਇੱਕ ਇੱਕ ਲਾਈਨ ਕਰਕੇ ਬੜੋ ਉਹਦੇ ਵਿੱਚ ਬੜੇ ਸਿਮਿਲਰ ਵਰਡ ਫੋਰਸ ਬੜੇ ਲਾਂ ਬਲਾਂ ਦਾ ਫਰਕ ਨਹੀਂ 10 12 ਅੱਖਰ ਨੇ ਉਚਾਰਨ ਵੱਖ-ਵੱਖਰਾ ਹੋ ਰਿਹਾ ਕਿਤੇ ਮੀਨਿੰਗ ਸੇਮ ਹੈ ਕਿਤੇ ਵੱਖਰਾ ਹੋ ਰਿਹਾ ਮੈਨੂੰ ਇੱਕ ਬੰਦੇ ਨੇ ਲਿਖ ਕੇ ਨਾ ਇਹ ਵਰਡ 12 ਇੱਧਰ 12 ਇੱਧਰ ਲਿਖ ਕੇ ਧਾਤੇ ਤੇ ਕਹਿੰਦੇ ਨੇ ਹੁਣ ਵੇਖ ਕਿੰਨਾ ਫਰਕ ਹੈ ਉਹਨੇ ਮੇਰੇ ਮਨ ਅਸੀ ਅਵੇਅਰਨੈਸ ਕੀਤੀ ਦਿਨ 45 ਸਾਲ ਹੋ ਗਏ ਮਗਰ ਮੁੜ ਕੇ ਨਹੀਂ ਦੇਖਿਆ ਹਰ ਰੋਜ਼ ਸਮਝਾਉਂਦਾ ਦਤਨ ਕਰਦਾ ਹਾਂ ਬੇਟਾ ਇਸ ਕਰਕੇ ਬੈਂਤੀਹਾ ਦੇ ਅਸੀਂ ਬੈਠੇ ਪਹਿਲੀ ਕਲਾਸ ਵਿੱਚ ਹਾਂ ਇਸ ਕਰਕੇ ਬਹੁਤੀਆਂ ਚੀਜ਼ਾਂ ਸਮਝ ਨਹੀਂ ਆਉਂਦੀ ਆ ਦੂਜਾ ਅਸੀਂ ਆਪ ਪੜਦੇ ਬਿਲਕੁਲ ਨਹੀਂ ਆ ਜਿਹੜੇ ਬਾਦਿਆਂ ਨੇ ਜਾਂ ਕੀਰਤਨੀਆਂ ਨੇ ਜਾਂ ਕਥਾ ਕਾ ਪ੍ਰਚਾਰਕਾਂ ਨੇ ਕਹਤਾ ਉਹ ਸੁਣ ਲੈਨੇ ਆ ਉਹ ਵੀ ਉਹ ਵੀ ਕਾਜਾ ਕਿ ਨਹੀਂ ਪੜਦੇ ਹੋਮਵਰਕ ਨਹੀਂ ਕਰਦੇ ਅਸੀਂ ਗੁਰਦੁਆਰੇ ਜਾਂਦੇ ਹਾਂ ਨਾ ਜਿਹੜੇ ਭਾਈ ਸਾਹਿਬ ਸ਼ਬਦ ਪੜ੍ਹਦੇ ਨੇ ਕਦੀ ਕਿਸੇ ਨੇ ਰਿਵਾਈਜ਼ ਕੀਤੇ ਆ ਕਾਜਾ ਈ ਆਦੀ ਨੇ ਰਹਿਣਾ ਤਾਨੂੰ ਬੇ ਸ਼ਬਰ ਕਿਹੜਾ ਪੜਿਆ ਸੀ ਭਾਈ ਸਾਹਿਬ ਜੀ ਨੇ ਤੇ ਮੈਂ ਕਹਿੰਦਾ ਹੁਣ ਨਾ ਜਦੋਂ ਆਪਣਾ ਹੋਮਵਰਕ ਨਹੀਂ ਪਤਾ ਉਹ ਤੱਕੀ ਉਮੀਦ ਕਰ ਸਕਦੇ ਹੋ ਕਿਵੇਂ ਮਾਸ ਲਏਗਾ ਕਿਵੇਂ ਪਾਸ ਹੋਏਗਾ ਤਾਂ ਇਸ ਕਰਕੇ ਇੱਕ ਸਾਰਿਆਂ ਨੂੰ ਬੇਨਤੀ ਹੈ ਇੱਕ ਐਪ ਟੈਲੀਗ੍ਰਾਮ ਹੈਗੀ ਆ ਜੇ ਹੈਗੀ ਆ ਤਾਂ ਮੈਨੂੰ ਦੱਸ ਦੇਣਾ ਟੈਲੀਗ੍ਰਾਮ ਦੇ ਉੱਪਰ ਮੇਰੇ ਪਿਛਲੇ 60 70 ਪ੍ਰੈਜੈਂਟੇਸ਼ਨਸ ਆਡੀਓ ਉੱਥੇ ਹੈਗੀਆਂ 25 ਤੇ ਜਤਜੀਤ ਸਾਹਿਬ ਦੀਆਂ ਤੇ ਸੁਖਮਨੀ ਸਾਹਿਬ ਦੀਆਂ ਤੇ ਹੋਰ ਬਹੁਤ ਸਾਰੀਆਂ ਤਾਂ ਉਹ ਪੜਨਾ ਸ਼ੁਰੂ ਕਰੋ ਉਹਨਾਂ ਨੂੰ ਦੇਖਣਾ ਸ਼ੁਰੂ ਕਰੋ ਉਹ ਜਿਹੜਾ ਸਵਾਲ ਆਵੇ ਉਹ ਲਿਖੋ ਮੈਨੂੰ ਭੇਜੋ ਮੈਂ ਉਹ ਨਾਲ ਨਾਲ ਸੋਲਵ ਕਰਾਂਗਾ ਐਨੀ ਅਦਰ ਕੁਐਸਚਨ ਕਿਸੇ ਹੋਰ ਦੀ ਦਾ ਤਾਂ ਅਸੀਂ ਇੱਥੇ ਸਮਾਪਤ ਕਰਾਂਗੇ ਹੁਣ ਬੁੱਧਵਾਰ ਯੂਐਸਏ ਕੈਨੇਡਾ ਤੇ ਸੇਮ ਵੀਰਵਾਰ ਸਾਰੇ ਇੰਡੀਆ ਦੇ ਅੰਦਰ ਤੇ ਆਸਟ੍ਰੇਲੀਆ ਅੰਦਰ ਵੀ ਵੀਰਵਾਰ ਸਾਰੇ ਉਹ ਟਾਈਮ ਐ ਲਿਖ ਦੇਣਾ ਹਾਂ ਉਹ ਇਹ ਦੋ ਲਿੰਕ ਆਨਗੇ ਦੋਨੋਂ ਅਲੱਗ-ਅਲੱਗ ਐ ਸੋਮਵਾਰ ਦਾ ਤੇ ਬੁੱਧਵਾਰ ਦਾ ਵੀਰਵਾਰ ਦਾ ਇਹ ਅਲੱਗ-ਅਲੱਗ ਨੇ ਤਾਂ ਆਪ ਜੀ ਨੂੰ ਬੇਨਤੀ ਹੈ ਵੀ ਉਹ ਇਸ ਸਮੇਂ ਵਿੱਚ ਹੱਥ ਵੀ ਪਰੋ ਸਵਾਲ ਦੇਖ ਕੇ ਪੜ੍ਹਦਿਆ ਕਰੋ ਅਸੀਂ ਇੱਕ ਇੱਕ ਕਰਕੇ ਇਹਦੀ ਸੰਗ ਕਰਾਂਗੇ ਤਾਂ ਇਹ ਮੈਂ ਅੱਗੇ ਵੀ ਬੇਨਤੀ ਕੀਤੀ ਹੈ ਡਾਕਟਰ ਬਣਨ ਲੱਗਿਆ 18 ਸਾਲ ਚਾਹੀਦੇ ਹਨ ਤਾਂ ਅਸੀਂ ਡਾਕਟਰ ਇੰਜੀਨੀਅਰ ਬਣਦੇ ਹੈਗੇ ਆ ਸੰਗਤ ਜੀ 1430 ਪੇजेस ਜੇ ਇਹਨਾਂ ਨੂੰ ਸਮਾਂ ਨਾ ਹੈ ਜੇ ਗੁਰਗਨ ਸਾਡੀ ਬਾਣੀ ਦੀ ਗ੍ਰੈਜੂਏਸ਼ਨ ਕਰਨੀ ਹੈ ਜੇ ਇਹਦੀ ਐਮਡੀ ਪੀਐਚ ਜੀ ਕਰਨੀ ਹੈ ਤਾਂ ਇਹਦੇ ਵਾਸਤੇ ਮਿਹਨਤਾਂ ਕਰਨੀ ਪਵੇਗੀ ਨਾ ਕੇਵਲ ਥੋੜੇ ਜੇ ਸਮੇਂ ਨਾਲ ਨਹੀਂ ਬੜੇਗੀ ਹੋ ਸਕਦਾ ਥੋੜੇ ਸਮੇਂ ਬਾਅਦ ਤੁਸੀਂ ਐਲਕੇਜੀ ਯੂਕੇਜੀ ਕਰ ਲੋ ਪ੍ਰਾਇਮਰੀ ਸਕੂਲ ਕਰ ਲੋ ਪਰ ਜਦੋਂ ਤੱਕ ਆਪ ਪੜੋਗੇ ਨਹੀਂ ਧਿਆਨ ਨਾਲ ਨਹੀਂ ਪੜੋਗੇ ਤਾਂ ਉਦੋਂ ਤੱਕ ਅਗਲੀਆਂ ਕਲਾਸਾਂ ਦੇ ਨਹੀਂ ਜਾ ਸਕੋਗੇ ਮੇਰੀ ਇੱਥੇ ਇੰਨੀ ਬੇਨਤੀ ਹੈ ਕਿ ਅਖੀਰ ਸੇ ਕੋਈ ਦਾ ਕੋਈ ਸਵਾਲ ਹੋਵੇ ਇਸ ਅੱਜ ਦੇ ਜਿਹੜਾ ਹੈ ਸਦੈਕ ਤਰਕਾ ਤਾਂ ਉਹ ਜੋ ਹੈ ਉਹ ਆਪ ਪੁੱਛ ਸਕਦੇ ਹੋ ਨਹੀਂ ਤਾਂ ਅਗਲੇ ਆਪਾਂ ਹੁਣ ਬੁੱਧਵਾਰ ਇੰਡੀਆ ਕੈਨੇਡਾ ਵੀਰਵਾਰ ਇੰਡੀਆ ਆਸਟ੍ਰੇਲੀਆ ਜੋ ਹੈ ਉਹ ਅਸੀਂ ਹਾਜ਼ਰ ਹੋਵਾਂਗੇ ਹੋਰਾਂ ਨੂੰ ਵੀ ਇਸ ਕਾਰਜ ਵਿੱਚ ਲਿਆਓ ਇੱਕ ਲੰਗਰ ਸਰੀਰ ਦਾ ਹੁੰਦਾ ਹੈ ਜਿਹੜਾ ਅਸੀਂ ਖਾਂਦੇ ਹਾਂ ਇਹ ਸ਼ਬਦਾਂ ਦਾ ਲੰਗਰ ਮੇਰੇ ਮਨ ਦੀ ਖੁਰਾਕ ਹੈ ਇਸ ਨੂੰ ਛਕਣਾ ਬਹੁਤ ਜ਼ਰੂਰੀ ਹੈ ਸਾਰੇ ਪ੍ਰੋਫੈਸਰ ਸਾਹਿਬ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਨੂੰ ਹਰ ਪੰਦ ਹਰ ਕੜੀ ਚੜ੍ਹਦੀਆਂ ਕਲਾ ਬਖਸ਼ੇ ਇਸੇ ਤਰ੍ਹਾਂ ਸੰਗਤਾਂ ਨੂੰ ਤੁਸੀਂ ਨਿਹਾਲ ਕਰੀ ਜਾਓ ਤੇ ਸੰਗਤਾਂ ਨਿਹਾਲ ਹੋਈ ਜਾਣ ਸਾਰੇ ਰਲ ਮਿਲ ਕੇ ਆਪਾਂ ਪਰਮੇਸ਼ਰ ਦੇ ਗੁਣ ਗਾਈਏ ਬਾਕੀ ਬੋਲਦੇ ਆ ਕੋਈ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਮਾਫੀ ਮੰਗਦੇ ਆ ਪ੍ਰੋਫੈਸਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ